ਵਾਇਪੀ ਕਾਲਸਾਵਾ ਵਾਈਪੀ ਜੀ ਕੀ ਖਤੇ ਤਤ ਗੁਰਮਤਿ ਗਿਆਨ ਟੀਵੀ ਚੈਨਲ ਵੱਲੋਂ ਸਵਾਲ ਜਵਾਬ ਦਾ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ ਬਹੁਤ ਲੰਮੇ ਸਮੇਂ ਤੋਂ ਮੈਂ ਮਹਿਸੂਸ ਕਰ ਰਿਹਾ ਸੀ ਕਿ ਸਾਡੇ ਸਿੱਖ ਮਾਈ ਭਾਈ ਵੱਲੋਂ ਜੋ ਸਵਾਲ ਕਰਨੇ ਚਾਹੀਦੇ ਨੇ ਤੇ ਉਹਨਾਂ ਦਾ ਜਵਾਬ ਉਹਨਾਂ ਨੂੰ ਗੁਰਦੁਆਰਿਆਂ ਚੋਂ ਮਿਲਣਾ ਚਾਹੀਦਾ ਉਹ ਨਹੀਂ ਹੋ ਰਿਹਾ ਸੀ ਪਹਿਲੀ ਗਲਤੀਾ ਸਵਾਲ ਕਰਨ ਦਾ ਕਿਸੇ ਨੂੰ ਸਮਾਂ ਹੀ ਨਹੀਂ ਦਿੱਤਾ ਜਾਂਦਾ ਕਿਸੇ ਵੀ ਗੁਰਦੁਆਰੇ 'ਚ ਸਵਾਲ ਜਵਾਬ ਦਾ ਪ੍ਰੋਗਰਾਮ ਹੀ ਨਹੀਂ ਹੈ ਤੇ ਕਥਾ ਕਰਨ ਵਾਲੇ ਕਥਾ ਕਰ ਜਾਂਦੇ ਨੇ ਕੀਰਤਨ ਕਰਨ ਵਾਲੇ ਕੀਰਤਨ ਕਰ ਜਾਂਦੇ ਨੇ ਗੁਰਦੁਆਰਾ ਕਮੇਟੀਆਂ ਵਾਲੇ ਸਮਾਗਮ ਤਾਂ ਬਹੁਤ ਮਨਾ ਲੈਂਦੇ ਨੇ ਪਰ ਨੌਜਵਾਨਾਂ ਦੇ ਸਵਾਲਾਂ ਦਾ ਜਵਾਬ ਦੇਣ ਨੂੰ ਕੋਈ ਤਿਆਰ ਨਹੀਂ ਹੈ ਤੇ ਜਿਹੜੀ ਗੁਰਮਤਿ ਬਾਰੇ ਉਹਨਾਂ ਨੇ ਜਾਣਕਾਰੀ ਲੈਣੀ ਹੈ ਉਹਨਾਂ ਨੂੰ ਟ੍ਰੇਨਿੰਗ ਦੇਣ ਦਾ ਪ੍ਰਬੰਧ ਵੀ ਕਿਤੇ ਨਹੀਂ ਹੈ ਆਪਣੇ ਤੌਰ ਤੇ ਕੁਝ ਜਥੇਬੰਦੀਆਂ ਨੇ ਸੰ타 ਪਾਠ ਸ਼ੁੱਧ ਉਚਾਰਣ ਆਦਿਕ ਦੇ ਪ੍ਰੋਗਰਾਮ ਸ਼ੁਰੂ ਕੀਤੇ ਨੇ ਪਰ ਉਹ ਵੀ ਉਹਨਾਂ ਦੇ ਆਪਸੀ મતભੇਦ ਬਹੁਤ ਨੇ ਵਿਚਾਰ ਨਹੀਂ ਮਿਲਦੇ ਤਾਂ ਇਹ ਜਿਹੜਾ ਪ੍ਰੋਗਰਾਮ ਹੈ ਇਹਦੇ ਵਿੱਚ ਆਪਾਂ ਨੌਜਵਾਨ ਸਵਾਲ ਕਰਨਗੇ WhatsApp ਦੇ ਉੱਤੇ ਲਿਖ ਕੇ ਜਾਂ ਬੋਲ ਕੇ ਸੰਖੇਪ ਦੇ ਵਿੱਚੋਂ ਆਪਣਾ ਸਵਾਲ ਭੇਜਣਾ ਮੈਂ ਆਪਣੀ ਬੁੱਧੀ ਅਨੁਸਾਰ ਜਿੰਨਾ ਕਿ ਗੁਰਮਤ ਦੀ ਮੈਂ ਸਟੱਡੀ ਕੀਤੀ ਹੈ ਉਹਦੇ ਅਨੁਸਾਰ ਗੁਰਬਾਣੀ ਦੇ ਚਾਨਣ ਵਿੱਚ ਜਵਾਬ ਦੇਣ ਦਾ ਉਪਰਾਲਾ ਕਰਾਂਗਾ ਕੋਈ ਗਰੰਟੀ ਨਹੀਂ ਕੋਈ ਇਸ ਤਰ੍ਹਾਂ ਦਾ ਭਰੋਸਾ ਨਹੀਂ ਕਿ 100% ਮੈਂ ਜਵਾਬ ਸਹੀ ਦੇ ਸਕਾਂਗਾ ਕਮੀ ਹੋ ਸਕਦੀ ਹੈ ਜਿਹੜੀ ਤੁਹਾਨੂੰ ਕبھی ਲੱਗੇ ਤੁਸੀਂ ਦੂਰ ਕਰਨ ਦਾ ਉਹਨੂੰ ਨਜ਼ਰ ਅੰਦਾਜ਼ ਕਰਨ ਦਾ ਪੂਰਾ ਹੱਕ ਰੱਖਦੇ ਹੋ ਜਿਹੜੀਆਂ ਗੱਲਾਂ ਚੰਗੀਆਂ ਲੱਗਣ ਉਹਨਾਂ ਨੂੰ ਅਪਣਾ ਸਕਦੇ ਹੋ ਮੈਂ ਪਿਛਲੇ ਲੰਬੇ ਸਮੇਂ ਤੋਂ ਗੁਰਬਾਣੀ ਇਤਿਹਾਸ ਅਤੇ ਹੋਰ ਪ੍ਰੈਕਟੀਕਲ ਜ਼ਿੰਦਗੀ ਦੇ ਰੰਗ ਹੀ ਬਹੁਤ ਕੁਝ ਸਿੱਖਿਆ ਉਹ ਤੁਹਾਡੇ ਨਾਲ ਸਾਂਝਾ ਕਰਨ ਦਾ ਉਪਰਾਲਾ ਕਰਾਂਗਾ ਉਮੀਦ ਹੈ ਤੁਸੀਂ ਇਸ ਨੂੰ ਹੋਰ ਦਿਲਚਸਪੀ ਦੇ ਨਾਲ ਅਪਣਾਓਗੇ ਅਤੇ ਆਪਣੇ ਦਿਲ ਦੇ ਵਿੱਚ ਗੁਰਮਤਿ ਨਾਲ ਸੰਬੰਧਿਤ ਜੋ ਸਵਾਲ ਉੱਠਣਗੇ ਉਹ ਸਾਨੂੰ ਲਿਖ ਕੇ ਜਾਂ ਬੋਲ ਕੇ ਭੇਜੋਗੇ ਅਸੀਂ ਸਵਾਗਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 23 ਮਾਰਚ 2020 ਨੂੰ ਹਰ ਸੋਮਵਾਰ ਦੀ ਤਰ੍ਹਾਂ ਤੁਹਾਡੇ ਸਾਹਮਣੇ ਸਵਾਲ ਜਵਾਬ ਦਾ ਇਹ ਪ੍ਰੋਗਰਾਮ ਪੇਸ਼ ਕੀਤਾ ਜਾ ਰਿਹਾ ਹੈ ਸਵਾਲ ਨੰਬਰ 51 ਭਾਈ ਕਮਲਜੀਤ ਸਿੰਘ ਮਾਨਸਾ ਤੋਂ ਸਵਾਲ ਕਰਦੇ ਨੇ ਕਿ ਆਨੰਦ ਕਾਰਜ ਵੇਲੇ ਚਾਰ ਲਾਵਾਂ ਹੀ ਕਿਉਂ ਲਈਆਂ ਜਾਂਦੀਆਂ ਨੇ ਕੀ ਬੈਠ ਕੇ ਆਨੰਦ ਕਾਰਜ ਨਹੀਂ ਹੋ ਸਕਦੇ ਕਿਤੇ ਜੋ Hindu ਧਰਮ ਦੇ ਵਿੱਚ ਸੱਤ ਫੇਰੇ ਅਗਨੀ ਦੁਆਲੇ ਲਏ ਜਾਂਦੇ ਨੇ ਕਿਤੇ ਉਸੇ ਦਾ ਬਦਲਮਾ ਇਹ ਰੂਪ ਤਾਂ ਨਹੀਂ ਹੈ ਗੁਰੂ ਪਿਆਰ ਵਾਲਿਓ ਬਹੁਤ ਕੁਝ ਨਵੇਂ ਸਿਰਿਓਂ ਸੋਚਣ ਵਾਲਾ ਵਿਚਾਰਨ ਵਾਲਾ ਜਾਂ ਸੋਧਣ ਵਾਲਾ ਸਾਡੇ ਇਤਿਹਾਸ ਚ ਸਾਡੀਆਂ ਪਰੰਪਰਾਵਾਂ ਚ ਜਾਂ ਸਾਡੀ ਮਰਿਆਦਾ ਦੇ ਵਿੱਚ ਮੌਜੂਦ ਹੈ ਜਿਹੜਾ ਕਿ ਸੋਧਿਆ ਜਾਣਾ ਸਮੇਂ-ਸਮੇਂ ਅਨੁਸਾਰ ਜ਼ਰੂਰੀ ਹੈ ਪਰ ਦੁਖਦਾਈ ਪਹਿਲੂ ਇਹੋ ਹੀ ਹੈ ਕਿ ਵਿਦਵਾਨਾਂ ਨੇ ਵੀ ਇਸ ਪਾਸੇ ਕੋਈ ਹਿੰਮਤ ਹੌਸਲਾ ਨਹੀਂ ਵਿਖਾਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਵਿਦਵਾਨਾਂ ਨੂੰ ਨਕਾਰ ਦਿੱਤਾ ਫਟਕਾਰ ਦਿੱਤਾ ਉਹਨਾਂ ਨੇ ਕੋਈ ਟੀਮ ਵਿਦਵਾਨਾਂ ਦੀ ਆਪਣੇ ਨਾਲ ਨਹੀਂ ਰੱਖੀ ਜਿਹੜੀ ਕਿ ਸਮੇਂ-ਸਮੇਂ ਤੇ ਸਿਝਾਓ ਦੇ ਕੇ ਇਤਿਹਾਸ ਨੂੰ ਸ਼ੁੱਧ ਕਰਨ ਦਾ ਉਪਰਾਲਾ ਕਰੇ ਜਾਂ ਮਰਿਆਦਾਵਾਂ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰੇ ਜਿਹੜੀਆਂ ਪਰੰਪਰਾਵਾਂ ਸਾਡੇ ਚ ਪੁਰਾਤਨਤਾ ਸਮੇਂ ਦੇ ਵਿੱਚ ਕੁਝ ਢਾਕਲ ਹੋ ਗਈਆਂ ਨੇ ਜੇ ਅੱਜ ਉਹ ਸਾਡੇ ਕਿਸੇ ਕੰਮ ਨਹੀਂ ਆਉਂਦੀਆਂ ਤਾਂ ਉਹਨਾਂ ਨੂੰ ਸੋਧਿਆ ਜਾਵੇ ਇਹ ਬਹੁਤ ਸਾਰੇ ਕਾਰਜ ਕਰਨ ਵਾਲੇ ਸੀ ਧਰਮ ਪ੍ਰਚਾਰ ਲੋਕਾਂ ਦੇ ਵਿੱਚ ਕਿਵੇਂ-ਕਿਵੇਂ ਕੀਤਾ ਜਾਵੇ ਕਿਹੜੇ ਦੇਸ਼ 'ਚ ਕਿਹੜੇ ਸੂਬੇ 'ਚ ਕਿਸ ਇਲਾਕੇ 'ਚ ਕਿਨਾਂ ਤਰ੍ਹਾਂ ਕਿਸ ਹਾਲਾਤਾਂ ਦੇ ਵਿੱਚ ਸਿੱਖ ਭੈਣ ਭਾਈ ਰਹਿ ਰਹੇ ਨੇ ਉਹਨਾਂ ਦੀ ਕਿਵੇਂ ਮਦਦ ਕੀਤੀ ਜਾ ਸਕਦੀ ਹੈ ਕੁੱਲ ਸਿੱਖਾਂ ਦੀ ਆਬਾਦੀ ਹੈ ਦੁਨੀਆ ਭਰ ਦੇ ਵਿੱਚ ਉਹ ਕਿੰਨੀ ਐ ਉਹਨਾਂ ਦਾ ਹੈੱਡਕੁਆਰਟਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਕ ਹੋਵੇ ਹਰ ਇੱਕ ਦਾ ਦੁੱਖ ਸੁੱਖ ਉੱਥੇ ਸੁਣਿਆ ਦੱਸਿਆ ਜਾਵੇ ਪਰ ਅਜਿਹਾ ਕੁਝ ਵੀ ਨਹੀਂ ਹੈ ਤੁਸੀਂ ਲਾਵਾ ਬਾਰੇ ਗੱਲ ਕੀਤੀ ਹੈ ਇਹਨਾਂ ਚੀਜ਼ਾਂ ਦੇ ਵਿੱਚ ਵੀ ਬਹੁਤ ਕੁਝ ਸੋਧਣ ਵਾਲਾ ਹੈ ਪੁਰਾਤਨ ਪਰੰਪਰਾ ਦੇ ਵਿੱਚ ਸਾਨੂੰ ਕੁਝ ਵੀ ਇਹੋ ਜਿਹਾ ਲਿਖਿਆ ਨਹੀਂ ਮਿਲਦਾ ਕਿ ਗੁਰੂ ਸਾਹਿਬ ਨੇ ਆਨੰਦ ਕਾਰਜ ਲਾਵਾ ਪੜ ਕੇ ਜੋੜੀ ਨੂੰ ਬਿਠਾ ਕੇ ਕਰਵਾਇਆ ਸੀ ਜਾਂ ਉਹਨਾਂ ਨੂੰ ਆਲੇ-ਦੁਆਲੇ ਪ੍ਰਕਰਮਾ ਕਰਵਾਈ ਸੀ ਇਹਦਾ ਕੋਈ ਸਾਡੇ ਕੋਲੇ ਲਿਖਤੀ ਸਬੂਤ ਨਹੀਂ ਮਿਲਦਾ ਪਹਿਲੀ ਵਾਰੀ ਜਿਹੜੇ ਨਰੰਕਾਰੀ ਜਿਹਨੂੰ ਅਸਲੀ ਨਰੰਕਾਰੀ ਕਹਿੰਦੇ ਨੇ ਚੰਡੀਗੜ੍ਹ ਇਹਨਾਂ ਦਾ ਹੈੱਡਕੁਆਟਰ ਹੈ ਇਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਤੇ ਇਹ ਆਨੰਦ ਕਾਰਜ ਦੀ ਰਸਮ ਜਿਹੜੀ ਅੱਜ ਪ੍ਰਚਲਿਤ ਹੈ ਇਹ ਸ਼ੁਰੂ ਕੀਤੀ ਸੀ ਤਾਂ ਇਹਨਾਂ ਦੀਆਂ ਕਿਤਾਬਾਂ ਦੇ ਵਿੱਚੋਂ ਇਹਦਾ ਸਾਰਾ ਮੈਟਰ ਪੜਨ ਨੂੰ ਸੁਣਨ ਨੂੰ ਮਿਲ ਸਕਦਾ ਹੈ ਤੁਸੀਂ ਪੜ ਸਕਦੇ ਹੋ ਤੇ ਇਹ ਜਿਹੜੀਆਂ ਇਹਨਾਂ ਨੇ ਸ਼ੁਰੂ ਕੀਤੀਆਂ ਪਰੰਪਰਾਵਾਂ ਸੀ ਹੌਲੀ-ਹੌਲੀ ਸਾਰੇ ਸਿੱਖ ਸਮਾਜ ਦੇ ਵਿੱਚ ਪ੍ਰਚਲਿਤ ਹੋ ਗਈਆਂ ਉਦੋਂ ਪਹਿਲਾਂ ਜਿਵੇਂ ਕਿ ਮੈਂ ਸੁਣਿਆ ਕਿ ਲੋਕੀ ਅਨੰਦ ਕਾਰਜ ਵੇਲੇ ਬਾਣੀ ਪੜਦੇ ਸੀ ਤੇ ਨਾਲ-ਨਾਲ ਹੋਰ ਵੀ ਕਈ ਪਖੰਡ ਕਰਦੇ ਸੀ ਪਰ ਇਹਨਾਂ ਨੇ ਇਸ ਇਹਨਾਂ ਪਖੰਡਾਂ ਨੂੰ ਰੋਕ ਕੇ ਕੇਵਲ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੋੜਨ ਦਾ ਵੱਡਾ ਉਪਰਾਲਾ ਕੀਤਾ ਸੀ ਭਾਵੇਂ ਪੂਰੀ ਤਰ੍ਹਾਂ ਇਹ ਸਫਲ ਨਾ ਵੀ ਹੋ ਸਕੇ ਹੁਣ ਪਰ ਹੋਰ ਨਾ ਵਹਿਮਾਂ ਭਰਮਾਂ ਪਖੰਡਾਂ ਬ੍ਰਾਹਮਣਵਾਦ ਆਦਿਕ ਤੋਂ ਬਚਾ ਕੇ ਇਹਨਾਂ ਨੇ ਇਸ ਪਾਸੇ ਇਹ ਕੰਮ ਲਾਇਆ ਸੀ ਤੇ ਜਿਹੜਾ ਕਿ ਅੱਜ ਵੀ ਉਸੇ ਰੂਪ ਵਿੱਚ ਕੁਝ ਸੁਧਰੇ ਚ ਤੇ ਕੁਝ ਵਿਗੜੇ ਚ ਅੱਜ ਵੀ ਉਸੇ ਤਰ੍ਹਾਂ ਚੱਲ ਰਿਹਾ ਹੈ ਆਪਾਂ ਯਤਨ ਕਰੀਏ ਦਬਾਅ ਪਾਈਏ ਸਾਡੀਆਂ ਜਥੇਬੰਦੀਆਂ ਤੇ ਕਿ ਇਸ ਪਰੰਪਰਾ ਨੂੰ ਸੁਧਾਰਿਆ ਜਾਵੇ ਕਿ ਕੀ ਅਸੀਂ ਅੱਜ ਇਹਦੇ ਵਿੱਚੋਂ ਕੀ ਸਿੱਖ ਰਹੇ ਹਾਂ ਕੀ ਇਹਦੇ ਵਿੱਚ ਸਾਨੂੰ ਗੁਰਬਾਣੀ ਦੇ ਅਨੁਸਾਰ ਸੇਧ ਮਿਲਦੀ ਹੈ ਸਾਡਾ ਜੀਵਨ ਕਿਹੋ ਜਿਹਾ ਹੋਵੇ ਤੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਆਨੰਦ ਕਾਰਜ ਕਰਵਾ ਕੇ ਉਹਨਾਂ ਰਸਮਾਂ ਨੂੰ ਉਹਨਾਂ ਰਸਮਾਂ ਨੂੰ ਆਪਾਂ ਜ਼ਿੰਦਗੀ ਪਰ ਕਿਵੇਂ ਨਿਭਾਉਣਾ ਹੈ ਜੇ ਕਿਸੇ ਦੀ ਆਪ ਵਿੱਚ ਨਹੀਂ ਬਣਦੀ ਤਾਂ ਅਸੀਂ ਇੱਕ ਦੂਜੇ ਤੋਂ ਪਤੀ ਪਤਨੀ ਤੋਂ ਵੱਖ ਕਿਵੇਂ ਹੋਣਾ ਹੈ ਇਹ ਸਾਰਾ ਕੁਝ ਬਹੁਤ ਵਿਚਾਰ ਕਰਨ ਵਾਲਾ ਪਿਆ ਹੈ ਸਗੋਂ ਸਿੱਖ ਰਹਿਤ ਮਰਿਆਦਾ ਦੇ ਵਿੱਚ ਤਾਂ ਵਿਆਹ ਦੀ ਰਸਮ ਤਾਂ ਲਿਖੀ ਹੋਈ ਹੈ ਵਰ ਤਲਾਕ ਵਾਲੀ ਰਸਮ ਬਾਰੇ ਕੋਈ ਵਿਸਥਾਰ ਨਾਲ ਕੁਝ ਵੀ ਨਹੀਂ ਲਿਖਿਆ ਕਿ ਜੇ ਪਤੀ ਪਤਨੀ ਦੀ ਆਪਸ ਦੇ ਵਿੱਚ ਜ਼ਿੰਦਗੀ ਠੀਕ ਢੰਗ ਨਾਲ ਨਾ ਚੱਲਦੀ ਹੋਵੇ ਤਾਂ ਉਹਨਾਂ ਨੂੰ ਵੱਖ ਹੋਣ ਦਾ ਅਧਿਕਾਰ ਹੈ ਤੇ ਉਹਨਾਂ ਨੂੰ ਕੀ ਕਰਨਾ ਚਾਹੀਦਾ ਹੈ ਕਿਹੜੇ ਤਰੀਕੇ ਅਪਣਾਉਣੇ ਚਾਹੀਦੇ ਨੇ ਤਾਂ ਇਸ ਤਰ੍ਹਾਂ ਬਹੁਤ ਕੁਝ ਕਰਨ ਵਾਲਾ ਬਾਕੀ ਹੈ ਜਿਹੜਾ ਕਿ ਸਾਡੇ ਲੀਡਰਾਂ ਨੇ ਇਸ ਪਾਸੇ ਧਿਆਨ ਨਹੀਂ ਦਿੱਤਾ ਆਪਾਂ ਸਾਰੇ ਸਾਵਧਾਨ ਹੋਈਏ ਲੀਡਰਾਂ ਤੇ ਦਬਾਅ ਪਾਈਏ ਤਾਂ ਕਿ ਇਹ ਜਿਹੜੀਆਂ ਕਮੀਆਂ ਪੇਸ਼ੀਆਂ ਨੇ ਇਹ ਦੂਰ ਹੋਵਣ ਸਾਡੇ ਪ੍ਰਚਾਰਕਾਂ ਨੂੰ ਵੀ ਜ਼ੋਰਦਾਰ ਢੰਗ ਨਾਲ ਸਟੇਜਾਂ ਦੇ ਉੱਤੇ ਆਵਾਜ਼ ਉਠਾਉਣੀ ਚਾਹੀਦੀ ਹੈ ਕਿ ਜਿਹੜੇ ਸਾਡੇ ਚ ਪਰੰਪਰਾਵਾਂ ਗਲਤ ਤਰੀਕੇ ਦਾਖਲ ਹੋਈਆਂ ਨੇ ਉਹਨਾਂ ਨੂੰ ਬਦਲਿਆ ਜਾਵੇ ਸੋਧਿਆ ਜਾਵੇ ਤੇ ਅੱਜ ਦੀ ਲੋੜ ਦੇ ਮੁਤਾਬਕ ਸਾਡੀਆਂ ਮਰਿਆਦਾਵਾਂ ਉਹ ਨਿਰਧਾਰਤ ਕੀਤੀਆਂ ਜਾਣ ਇਸ ਤਰ੍ਹਾਂ ਦਾ ਆਪਾਂ ਨੂੰ ਸਾਰਿਆਂ ਨੂੰ ਰਲ ਮਿਲ ਕੇ ਅਪਰਾਲਾ ਕਰਨਾ ਬਣਦਾ ਹਾਂ ਇੰਨਾ ਕਿ ਜ਼ਰੂਰ ਹੈ ਕਿ ਅਗਨੀ ਦਿਵਾਲੇ ਫੇਰੇ ਲੈਣ ਤੋਂ ਆਪਾਂ ਬਚੇ ਹੋਏ ਆ ਹੁਣ ਭਾਵੇਂ ਆਪਣੀ ਇੱਛਾ ਦੇ ਨਾਲ ਕੋਈ ਬੈਠ ਕੇ ਆਨੰਦ ਕਾਰਜ ਕਰਵਾ ਲਵੇ ਜਾਂ ਆਲੇ ਦਿਵਾਲੇ ਪ੍ਰਕਰਮਾ ਕਰਕੇ ਕਰਵਾ ਲਵੇ ਇਹ ਬਹੁਤਾ ਭਰਮ ਕਰਨ ਦੀ ਲੋੜ ਨਹੀਂ ਪਰ ਅੱਜ ਦੇ ਹਾਲਾਤ ਦੇ ਮੁਤਾਬਕ ਜਿਹੜੇ ਦੇਸ਼ 'ਚ ਅਸੀਂ ਰਹਿੰਨੇ ਆ ਉਸ ਦੇਸ਼ ਦੇ ਕਾਨੂੰਨ ਦੇ ਮੁਤਾਬਕ ਆਪਾਂ ਨੂੰ ਉਥੋਂ ਦੇ ਜਿਹੜੀ ਸਰਕਾਰੀ ਤੌਰ ਤੇ ਲਿਖਤ ਪੜਤ ਹੈ ਅਦਾਲਤ ਦੇ ਵਿੱਚ ਵਿਆਹ ਦੀ ਪ੍ਰਮਾਣ ਪੱਤਰ ਹੈ ਉਹ ਉੱਥੇ ਨਾਮ ਆਪਣੇ ਦਾਖਲ ਕਰਵਾ ਕੇ ਪ੍ਰਮਾਣ ਪੱਤਰ ਲੈਣਾ ਜ਼ਰੂਰੀ ਹੈ ਤਾਂ ਕਿ ਕਾਨੂੰਨੀ ਤੌਰ ਤੇ ਵੀ ਪਤੀ ਪਤਨੀ ਸਬੰਧ ਆਪਣੇ ਸਿੱਧ ਕਰ ਸਕਣ ਕਿ ਸਾਡਾ ਆਪਸ ਦੇ ਵਿੱਚ ਇਹ ਸਬੰਧ ਹੈ ਸਵਾਲ ਨੰਬਰ 52 ਅਗਲਾ ਸਵਾਲ ਭਾਈ surjit singh mohali ਇਨਾਂ ਦਾ ਸਵਾਲ ਹੈ ਕਿ ਅਮਰਤਾਰੀ ਨੂੰ ਝੂਠਾ ਖਾਣ ਤੋਂ ਕਿਉਂ ਮਨਾ ਕੀਤਾ ਗਿਆ ਹੈ ਗੁਰੂ ਪਿਆਰ ਵਾਲਿਓ ਇਹ ਤਾਂ ਬੜਾ ਸਾਦਾ ਜਿਹਾ ਸਵਾਲ ਹੈ ਪਰ ਫਿਰ ਵੀ ਤੁਸੀਂ ਜੋ ਸਵਾਲ ਕੀਤਾ ਹੈ ਉਹਦਾ ਜਵਾਬ ਤਾਂ ਦੇਣਾ ਬਣਦਾ ਹੈ ਕਿ ਅਮਰਤਾਰੀ ਨੂੰ ਹੀ ਝੂਠ ਖਾਣ ਦੀ ਮਨਾਹੀ ਨਹੀਂ ਹੈ ਬਲਕਿ ਸਾਨੂੰ ਕਿਸੇ ਨੂੰ ਵੀ ਝੂਠਾ ਨਹੀਂ ਖਾਣਾ ਚਾਹੀਦਾ ਅੱਜ ਤਾਂ ਆਪਾਂ ਆਲੇ-ਦੁਆਲੇ ਇਹ ਦੇਖ ਰਹੇ ਹਾਂ ਕਿ ਲਾਗਦੀਆਂ ਬੇਅੰਤ ਬਿਮਾਰੀਆਂ ਨੇ ਉਹ ਕਿਸੇ ਦੀ ਛੋਹ ਨਾਲ ਦੂਜੇ ਦੀ ਬਿਮਾਰੀ ਕਿਸੇ ਹੋਰ ਨੂੰ ਆਰਾਮ ਨਾਲ ਲੱਗ ਜਾਂਦੀ ਹੈ ਤੇ ਜੇ ਅਸੀਂ ਸਾਵਧਾਨੀ ਨਾ ਵਰਤੀਏ ਤਾਂ ਅਸੀਂ ਵੀ ਉਸ ਬਿਮਾਰੀ ਦਾ ਸ਼ਿਕਾਰ ਹੋ ਸਕਦੇ ਹਾਂ ਉਹਨਾਂ ਜ਼ਮਾਨਿਆਂ 'ਚ ਧਰਮ ਦਾ ਵਾਸਤਾ ਪਾ ਕੇ ਹੀ ਕਿਸੇ ਨੂੰ ਚੰਗੇ ਕੰਮ ਤੇ ਲਾਇਆ ਜਾਂਦਾ ਸੀ ਧਰਮ ਦਾ ਵਾਸਤਾ ਪਾ ਕੇ ਹੀ ਬੁਰੇ ਕੰਮ ਤੋਂ ਰੋਕਿਆ ਜਾਂਦਾ ਸੀ ਹੋਰ ਕੋਈ ਕਾਨੂੰਨ ਵਗੈਰਾ ਅੱਜ ਵਰਗਾ ਨਹੀਂ ਸੀ ਤੇ ਅੱਜ ਵਰਗਾ ਗਿਆਨ ਅਕਲ ਆਦਿਕ ਵੀ ਉਨੀ ਨਹੀਂ ਸੀ ਜਿੰਨਾ ਸਾਡਾ ਅੱਜ ਵਿਕਾਸ ਹੋ ਚੁੱਕਿਆ ਹੋਇਆ ਹੈ ਤੇ ਉਦੋਂ ਜਿੰਨੀ ਕ ਜ਼ਰੂਰਤ ਸੀ ਜਿਹਦੇ ਬਿਨਾਂ ਸਰਦਾ ਨਹੀਂ ਸੀ ਰਲ ਮਿਲ ਕੇ ਪ੍ਰਸ਼ਾਦਾ ਛਕਣ ਦਾ ਜਿਹੜੇ ਕਿ ਅੰਮ੍ਰਿਤਧਾਰੀ ਆਪਸ ਦੇ ਵਿੱਚ ਜਦੋਂ ਕਿਤੇ ਜੰਗ ਯੁੱਧ ਦੇ ਵਿੱਚ ਜਾਂਦੇ ਸੀ ਘਰ ਤੋਂ ਬਾਹਰ ਹੁੰਦੇ ਸੀ ਤੇ ਉਹਨਾਂ ਕੋਲੇ ਬਰਤਨਾਂ ਦੀ ਵੀ ਘਾਟ ਸੀ ਤੇ ਉਹਨਾਂ ਕੋਲੇ ਰਹਿਣ ਸਹਿਣ ਦੀ ਵੀ ਮੁਸ਼ਕਲਾਸਨ ਜੰਗ-ਯੁੱਧ ਲੜਦੇ ਸਨ ਉਦੋਂ ਉਹਨਾਂ ਨੂੰ ਜਿਹੜੇ ਕੇਵਲ ਅੰਮ੍ਰਿਤਧਾਰੀ ਸਨ ਆਪਸ ਦੇ ਵਿੱਚ ਉਹਨਾਂ ਨੂੰ ਇੱਕੋ ਭੰਡੇ ਦੇ ਵਿੱਚ ਛੱਕ ਲੈਣ ਦੀ ਅਜਾਜ ਸੀ ਜੇ ਕਿਤੇ ਉਹ ਇਸ ਨਿਯਮ ਨੂੰ ਤੋੜਦੇ ਸਨ ਬਾਹਰ ਲਿਆਂ ਨਾਲ ਵੀ ਉਸੇ ਤਰ੍ਹਾਂ ਛੱਕਦੇ ਸਨ ਤਾਂ ਫਿਰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਖੜੀਆਂ ਹੁੰਦੀਆਂ ਸੀ ਤੇ ਇਹ ਏਕਤਾ ਦੇ ਸੂਤਰ ਵਿੱਚ ਪਰੋਏ ਜਾਣ ਵਾਸਤੇ ਇੱਕ ਤਰੀਕਾ ਸੀ ਕਿ ਆਪਣੇਆਂ ਤੋਂ ਜਿਹੜੇ ਤੁਹਾਡੇ ਦਾਇਰੇ 'ਚ ਆ ਗਏ ਨੇ ਉਹਨਾਂ ਨਾਲ ਕੋਈ ਨਫ਼ਰਤ ਨਹੀਂ ਕਰਨੀ ਤੁਸੀਂ ਉਹਨਾਂ ਨਾਲ ਇੱਕੋ ਬਰਤਨ 'ਚ ਖਾਣਾ ਵੀ ਖਾ ਸਕਦੇ ਹੋ ਤੁਸੀਂ ਭੈਣਾ ਭਾਈਆਂ ਵਾਂਗੂ ਉਹਨਾਂ ਨਾਲ ਸਲੂਕ ਕਰਨਾ ਤੇ ਉਹ ਤੁਹਾਡੇ ਨਾਲ ਵੱਖਰੇ ਨਹੀਂ ਹਨ ਨਹੀਂ ਤਾਂ ਪੁਰਾਣੇ ਸਮਿਆਂ 'ਚ ਬ੍ਰਾਹਮਣ ਨੇ ਜਾਤਾਂ ਪਾਤਾਂ ਦੀ ਵੱਡੀ ਖਤਰਨਾਕ ਵੰਡ ਕੀਤੀ ਹੋਈ ਸੀ ਕਿ ਬ੍ਰਾਹਮਣ ਇਸ ਤਰ੍ਹਾਂ ਬੈਠੇਗਾ ਖਾਵੇਗਾ ਤੇ ਖੱਤਰੀ ਇਸ ਤਰ੍ਹਾਂ ਸ਼ੂਦਰ ਇਸ ਤਰ੍ਹਾਂ ਵੈਸ਼ ਇਸ ਤਰ੍ਹਾਂ ਹਰੇਕ ਦਾ ਖਾਣ ਪੀਣ ਪਹਿਨਣ ਦਾ ਅਤੇ ਧਰਮ ਕਿੰਨਾ ਦਾ ਸਾਰੀਆਂ ਵੰਡੀਆਂ ਪਾਈਆਂ ਹੋਈਆਂ ਸਨ ਉਹਨਾਂ ਤੋਂ ਕਾਫੀ ਹੱਦ ਤੱਕ ਰੋਕਣ ਵਾਸਤੇ ਨਵੇਂ ਰਾਹ ਉਲੀਕਣ ਵਾਸਤੇ ਗੁਰੂ ਸਾਹਿਬ ਨੇ ਇਹ ਤਰੀਕੇ ਸਮਝਾਏ ਸਨ ਤੇ ਇੱਕ ਜਦੋਂ ਫੌਜ ਦੇ ਵਿੱਚ ਸਾਰਾ ਗਰੁੱਪ ਕਿਤੇ ਕੰਮ ਕਰ ਰਿਹਾ ਹੋਵੇ ਉਹਨਾਂ ਨੂੰ ਰਲ ਮਿਲ ਕੇ ਰਹਿਣਾ ਹੀ ਬਿਹਤਰ ਹੁੰਦਾ ਹੈ ਫਾਇਦੇਮੰਦ ਹੁੰਦਾ ਹੈ ਤਾਂ ਕਿ ਉਹ ਆਪੋ ਆਪਣੇ ਭਾਂਡੇ ਜਿਵੇਂ ਆਪਾਂ ਕਹਿ ਦਿੰਨੇ ਆ ਨੌ ਪੂਰਬੀਏ 13 ਚੁੱਲ੍ਹੇ ਆਪੋ ਆਪਣੇ ਭਾਂਡੇ ਵੱਖੋ ਵੱਖਰੇ ਚੁੱਕੀ ਫਿਰਦੇ ਹੋਣ ਜਿਹੜੇ ਖਾਣਾ ਵੀ ਇਕੱਠੇ ਬਹਿ ਕੇ ਨਹੀਂ ਖਾ ਸਕਦੇ ਤਾਂ ਉਹ ਰਲ ਮਿਲ ਕੇ ਕਿਵੇਂ ਕੰਮ ਕਰ ਸਕਦੇ ਆ ਝੂਠਾ ਖਾਣਾ ਜ਼ਰੂਰੀ ਨਹੀਂ ਪਰ ਜੇ ਕਿਤੇ ਆਪਸ ਦੇ ਵਿੱਚ ਪਾਈਚਾਰੇ ਦੇ ਤੌਰ ਤੇ ਇੱਕ ਦੂਜੇ ਦਾ ਝੂਠਾ ਹੱਥ ਲੱਗ ਗਿਆ ਜਾਂ ਕੋਈ ਚੀਜ਼ ਖਾਣੀ ਪੀਣੀ ਪੈ ਗਈ ਤਾਂ ਇਹਦੇ ਵਿੱਚ ਭਰਮ ਨਹੀਂ ਕਰਨਾ ਤੇ ਇਹ ਜਿਹੜਾ ਸਾਰਾ ਕੁਝ ਹੈ ਉਹਨਾਂ ਸਮਿਆਂ ਦੀ ਲੋੜ ਸੀ ਤੇ ਅੱਜ ਅਸੀਂ ਅੱਜ ਦੇ ਹਾਲਾਤ ਦੇ ਮੁਤਾਬਕ ਆਪਣੇ ਆਪ ਨੂੰ ਤਿਆਰ ਕਰਨਾ ਕੋਈ ਜ਼ਰੂਰੀ ਨਹੀਂ ਅਸੀਂ ਕਿਸੇ ਦਾ ਝੂਠਾ ਖਾਣਾ ਇੱਕੋ ਟੇਬਲ ਤੇ ਬੈਠ ਕੇ ਇੱਕੋ ਭਾਂਡੇ ਦੇ ਵਿੱਚੋਂ ਆਪਾਂ ਖਾਣਾ ਪਾ ਕੇ ਆਪਣੀ ਆਪਣੀ ਲੋੜ ਦੇ ਮੁਤਾਬਿਕ ਛੱਕਦੇ ਆ ਕੋਈ ਕਿਸੇ ਚੀਜ਼ ਨੂੰ ਪਸੰਦ ਕਰਦਾ ਹੈ ਕੋਈ ਕਿਸੇ ਨੂੰ ਪਸੰਦ ਕਰਦਾ ਹੈ ਕਿਸੇ ਦਾ ਖਾਣ ਦਾ ਕੋਈ ਢੰਗ ਤਰੀਕਾ ਹੁੰਦਾ ਹੈ ਕਿਸੇ ਦਾ ਦੂਜਾ ਹੁੰਦਾ ਹੈ ਅੱਜ ਆਪਣੇ ਸਮੇਂ ਦੇ ਮੁਤਾਬਕ ਆਪਣੇ ਆਪ ਨੂੰ ਬਦਲਣਾ ਹੈ ਢਾਲਣਾ ਹੈ ਉਹ ਪੁਰਾਤਨ ਸਮਾਂ ਉਸ ਵਕਤ ਦੇ ਵਿੱਚ ਹੁਣ ਗੁਜ਼ਰ ਚੁੱਕਿਆ ਹੋਇਆ ਹੈ ਅਸੀਂ ਪਿਛਾਣ ਨੂੰ ਨਹੀਂ ਵੇਖਣਾ ਬਲਕਿ ਅਗਾਹ ਨੂੰ ਵੇਖਣਾ ਹੈ ਕਿ ਅੱਜ ਸਾਡੀ ਜ਼ਿੰਦਗੀ ਸੁਖੀ ਅਤੇ ਸੌਖੀ ਕਿਹੜੇ ਢੰਗ ਨਾਲ ਬਤੀਤ ਹੋ ਸਕਦੀ ਹੈ ਪੁਰਾਤਨ ਪਰੰਪਰਾਵਾਂ ਉਸ ਜਮਾਨੇ ਦੀ ਲੋੜ ਦੇ ਮੁਤਾਬਕ ਸੀ ਅੱਜ ਅਸੀਂ ਆਪਣੀ ਲੋੜ ਦੇ ਮੁਤਾਬਕ ਨਵੀਆਂ ਘੜ ਤਾਂ ਘੜਨੀਆਂ ਨੇ ਤੇ ਨਵੀਆਂ ਲੋੜਾਂ ਪੂਰੀਆਂ ਕਰਨ ਵਾਸਤੇ ਅਸੀਂ ਥਾਲੀਆਂ, ਬਰਤਨ, ਚਮਚੇ ਬਹੁਤ ਕੁਛ, ਟੇਬਲ, ਕੁਰਸੀਆਂ ਆਦਿਕ ਵੀ ਲੈ ਆਂਦਾ ਹੈ। ਪੁਰਾਤਨ ਸਮੇਂ ਜਿੱਦਾਂ ਇਹ ਵੀ ਨਹੀਂ ਸੀ ਹੁੰਦਾ। ਸੋ ਸਮੇਂ ਦੀ ਲੋੜ ਅਨੁਸਾਰ ਕੁਝ ਨਾ ਕੁਝ ਤਬਦੀਲੀ ਆਉਂਦੀ ਹੀ ਰਹਿੰਦੀ ਹੈ। ਸਵਾਲ ਨੰਬਰ 53 ਕਮਲਜੀਤ ਕੋਮਲਜੀ ਪੁੱਛਦੇ ਨੇ ਕਿ ਸਿੱਖ ਤਰਕਸ਼ੀਲ ਹੋ ਸਕਦਾ ਹੈ ਪਰ ਤਰਕ ਕਰਨ ਤੇ ਰਿਸ਼ਤੇਦਾਰ ਸਕੇ ਸੰਬੰਧੀ ਇਹ ਨਾਰਾਜ਼ ਹੋ ਜਾਂਦੇ ਨੇ ਫਿਰ ਕੀ ਕੀਤਾ ਜਾਵੇ ਗੁਰੂ ਪਿਆਰ ਵਾਲਿਓ ਜਰਕ ਗੁਰਬਾਣੀ ਨੂੰ ਜੇ ਧਿਆਨ ਨਾਲ ਪੜ੍ਹੀਏ ਗੁਰੂ ਸਾਹਿਬ ਨੇ ਭਗਤਾਂ ਨੇ ਅਤੇ ਸਾਡੇ ਹੋਰ ਬਾਣੀਕਾਰਾਂ ਨੇ ਬੇਅੰਤ ਵੱਡੇ ਵੱਡੇ ਤਰਕ ਕੀਤੇ ਨੇ ਬਾਰ-ਬਾਰ ਤਰਕ ਕੀਤੇ ਨੇ ਜਿਵੇਂ ਉਦਾਹਰਣ ਦੇ ਤੌਰ ਤੇ ਇੱਕਾ ਪਾਥਰ ਕੀਜੈ ਭਉ ਦੂਜੈ ਪਾਥਰ ਧਰੀਐ ਪਉ ਜੇ ਉਹ ਦੇਉ ਤਾਂ ਉਹ ਵੀ ਦੇਵਾ ਕਹਿ ਨਾਮ ਦੇਵ ਹਮ ਹਰ ਕੀ ਸੇਵਾ ਭਾਵ ਹੈ ਬ੍ਰਾਹਮਣ ਤੂੰ ਇੱਕ ਪੱਥਰ ਨੂੰ ਭਗਵਾਨ ਬਣਾ ਕੇ ਅੰਦਰ ਰੱਖਿਆ ਮੰਦਰ ਦੇ ਵਿੱਚ ਉਹਨੂੰ ਤੂੰ ਕਹਿੰਦਾ ਇਹ ਰੱਬ ਹੈ ਇਹਦੀ ਪੂਜਾ ਕਰੋ ਉਹਦੇ ਵਰਗਾ ਹੀ ਇੱਕ ਪੱਥਰ ਉਹ ਪੈਰਾਂ 'ਚ ਪਿਆ ਹੈ ਉਹਦੇ ਉੱਤੋਂ ਦੀ ਲੰਘ ਕੇ ਆਉਣਾ ਥਾਂ-ਥਾਂ ਤੇ ਹੋਰ ਬਹੁਤ ਪੱਥਰ ਪਏ ਨੇ ਜੇ ਉਹ ਅੰਦਰ ਜਿਹੜਾ ਜਿਹੜਾ ਮੂਰਤੀ ਬਣਾ ਕੇ ਪੱਥਰ ਰੱਖਿਆ ਹੋਇਆ ਜੇ ਉਹ ਪ੍ਰਮਾਤਮਾ ਹੈ ਦੇਵਤਾ ਹੈ ਤਾਂ ਜਿਹੜੇ ਬਾਹਰ ਥਾਂ-ਥਾਂ ਤੇ ਪੱਥਰ ਪਏ ਨੇ ਉਹ ਭਗਵਾਨ ਕਿਉਂ ਨਹੀਂ ਹੈਗੇ ਇਹਦਾ ਮਤਲਬ ਹੈ ਇਹ ਸਾਰੇ ਹੀ ਪੱਥਰ ਇੱਕਸਾਰ ਨੇ ਇਸੇ ਤਰ੍ਹਾਂ ਨਹਾਉਣ ਬਾਰੇ ਖਾਣ ਪੀਣ ਬਾਰੇ ਪਹਿਨਣ ਬਾਰੇ ਗੁਰਬਾਣੀ ਦੇ ਵਿੱਚ ਬਾਰ-ਬਾਰ ਤਰਕ ਕੀਤੇ ਗਏ ਨੇ ਬਾਰ-ਬਾਰ ਸਵਾਲ ਕੀਤੇ ਗਏ ਨੇ ਕਿ ਮੈਨੂੰ ਸਮਝਾਓ ਇਹ ਕੰਮ ਜਿਹੜਾ ਤੁਸੀਂ ਕਰਨ ਵਾਸਤੇ ਕਹਿ ਰਹੇ ਹੋ ਮੈਂ ਕਿਉਂ ਕਰਾਂ ਇਹਦਾ ਕੀ ਫਾਇਦਾ ਹੈ ਤਾਂ ਜਦੋਂ ਕਿਸੇ ਕੋਲੇ ਕੋਈ ਜਵਾਬ ਨਹੀਂ ਹੁੰਦਾ ਉਦੋਂ ਉਹ ਫਿਰ ਆਪਣੀ ਨਾਰਾਜ਼ਗੀ ਪ੍ਰਗਟ ਕਰਦੇ ਨੇ ਕਿ ਤੁਸੀਂ ਵੱਡਿਆਂ ਦੀ ਪਰੰਪਰਾ ਤੋੜਦੇ ਹੋ ਪਰੰਪਰਾ ਲੋੜ ਦੇ ਮੁਤਾਬਕ ਹੁੰਦੀ ਹੈ ਜਦੋਂ ਕਿਸੇ ਪਰੰਪਰਾ ਦੀ ਲੋੜ ਨਹੀਂ ਰਹੀ ਉਹਨੂੰ ਖਤਮ ਕੀਤਾ ਜਾ ਸਕਦਾ ਹੈ ਅਨੇਕਾਂ ਪਰੰਪਰਾਵਾਂ ਪੁਰਾਣੀਆਂ ਖਤਮ ਹੋ ਚੁੱਕੀਆਂ ਨੇ ਨਵੀਆਂ ਸਾਡੀ ਲੋੜ ਦੇ ਮੁਤਾਬਕ ਸ਼ੁਰੂ ਹੋ ਚੁੱਕੀਆਂ ਨੇ ਅੱਜ ਆਪਣੀ ਖੁਦ ਦੀ ਜ਼ਿੰਦਗੀ ਵੱਲ ਹੀ ਝਾਤੀ ਮਾਰ ਕੇ ਵੇਖੋ ਕਿ ਅਸੀਂ ਕਿਹੜੀਆਂ-ਕਿਹੜੀਆਂ ਚੀਜ਼ਾਂ ਦਾ ਇਸਤੇਮਾਲ ਕਰ ਰਹੇ ਹਾਂ ਤੇ ਕਿਹੜੀਆਂ ਨੂੰ ਅਸੀਂ ਤਿਆਗ ਚੁੱਕੇ ਹਾਂ ਤੋਂ ਇਸੇ ਤਰ੍ਹਾਂ ਉਹਨਾਂ ਜ਼ਮਾਨਿਆਂ ਦੇ ਵਿੱਚ ਜੋ ਕੁਝ ਸੀ ਉਹਨੂੰ ਗੁਰੂ ਸਾਹਿਬ ਨੇ ਬਾਣੀਕਾਰਾਂ ਨੇ ਰੱਦ ਕੀਤਾ ਤੇ ਅੱਜ ਅਸੀਂ ਉਹਨੂੰ ਸਿਰ ਤੇ ਚੁੱਕੀ ਫਿਰਿਏ ਇਹ ਕੋਈ ਸਿਆਣਪ ਨਹੀਂ ਹੈ ਤੇ ਉਦੋਂ ਗੁਰਬਾਣੀ ਲਿਖੀ ਜਾਣ ਤੋਂ ਬਾਅਦ ਵੀ ਹੋਰ ਬਹੁਤ ਕੁਝ ਨਵਾਂ ਆ ਗਿਆ ਤੇ ਅੱਜ ਅਸੀਂ ਹੋਰ ਨਵੇਂ ਤਰੀਕੇ ਨਾਲ ਜ਼ਿੰਦਗੀ ਜਿਉ ਰਹੇ ਹਾਂ ਜਿੰਨੀ ਕ ਬਾਣੀਕਾਰਾਂ ਨੇ ਸਮਝਾਇਆ ਸੀ ਉਹ ਬੇਅੰਤ ਉੱਤਮ ਸੀ ਆਪਣੇ ਜ਼ਮਾਨੇ ਦੇ ਮੁਤਾਬਕ ਤੇ ਅੱਜ ਹੋਰ ਨਵੀਆਂ ਖੋਜਾਂ ਹੋਈਆਂ ਨੇ ਉਹਨਾਂ ਦੇ ਅਨੁਸਾਰ ਮਨੁੱਖ ਚੱਲਣ ਦਾ ਉਪਰਾਲਾ ਕਰ ਰਹੇ ਨੇ ਜਿਵੇਂ ਆਵਾਜਾਈ ਦੇ ਸਾਧਨ ਕਿੰਨੇ ਬਦਲ ਗਏ ਕਮਿਊਨੀਕੇਸ਼ਨ ਦੇ ਸਾਧਨ ਨਵੇਂ ਤੋਂ ਨਵੇਂ ਆ ਗਏ ਹਵਾਈ ਜਹਾਜ਼ਾਂ ਤੱਕ ਅਸੀਂ ਸਫ਼ਰ ਕਰਦੇ ਹਾਂ ਹੋਰ ਬਹੁਤ ਕੁਝ ਸਾਡੀ ਜ਼ਿੰਦਗੀ ਦੀਆਂ ਲੋੜਾਂ ਵਾਲਾ ਆ ਗਿਆ ਆਪਣੇ ਬਜ਼ੁਰਗਾਂ ਨੂੰ ਪਿਆਰ ਭਰੇ ਢੰਗ ਦੇ ਨਾਲ ਇਹ ਦੱਸਿਆ ਕਰੋ ਕਿ ਪੁਰਾਤਨ ਪਰੰਪਰਾ ਜਿਹੜੀ ਹੈ ਉਹ ਉਸ ਪੁਰਾਣੇ ਸਮੇਂ ਦੇ ਵਿੱਚ ਤਾਂ ਠੀਕ ਸੀ ਪਰ ਅੱਜ ਜ਼ਰੂਰੀ ਨਹੀਂ ਹੈ ਪੁਰਾਣੇ ਜ਼ਮਾਨੇ 'ਚ ਤਾਂ ਲੋਕੀ ਜੰਗਲਾਂ 'ਚ ਰਹਿੰਦੇ ਸੀ ਟੁੱਟੇ-ਪੁੱਟੇ ਘਰਾਂ 'ਚ ਰਹਿੰਦੇ ਸੀ ਤੇ ਉਹਨਾਂ ਦਾ ਖਾਣ-ਪੀਣ ਵੀ ਅੱਜ ਵਰਗਾ ਨਹੀਂ ਸੀ ਉਹ ਪਰੰਪਰਾ ਹੁਣ ਖਤਮ ਹੋ ਚੁੱਕੀ ਹੋਈ ਹੈ ਆਪਾਂ ਕਿਸ 21ਵੀਂ ਸਦੀ ਦੇ ਵਿੱਚ ਸਮਾਂ ਬਤੀਤ ਕਰ ਰਹੇ ਹਾਂ ਜ਼ਿੰਦਗੀ ਜੀ ਰਹੇ ਹਾਂ ਕਦੀ ਸੋਚ ਕੇ ਦੇਖੋ ਇਸ ਤਰ੍ਹਾਂ ਪਿਆਰ ਭਰੇ ਢੰਗ ਦੇ ਨਾਲ ਉਹਨਾਂ ਨੂੰ ਸਮਝਾਉਣ ਦਾ ਉਪਰਾਲਾ ਕਰੋ ਪਰ ਫਿਰ ਵੀ ਕਿਸੇ ਨਾਲ ਵੱਡੇ ਬਜ਼ੁਰਗਾਂ ਦਾ ਇਹ ਧਿਆਨ ਰੱਖ ਕੇ ਕਿ ਇਹਨਾਂ ਦੀ ਸਟੱਡੀ ਇੰਨੀ ਸੀ ਤੇ ਇਹਨਾਂ ਨਾਲ ਬਹਿਸ-ਮਵਾਸਾ ਬਹੁਤਾ ਨਾ ਕਰੀਏ ਤੁਸੀਂ ਮਾਫੀ ਮੰਗ ਕੇ ਕਿਨਾਰਾ ਕਰ ਲਿਆ ਕਰੋ ਕਿਉਂਕਿ ਘਰ ਦੇ ਵਿੱਚ ਪਰਿਵਾਰ ਦੇ ਵਿੱਚ ਝਗੜਾ ਹੋਣਾ ਕਲੇਸ਼ ਹੋਣਾ ਪਰੇਸ਼ਾਨੀਆਂ ਬੇਚੈਨੀਆਂ ਪੈਦਾ ਹੋਣੀਆਂ ਉਹ ਬਹੁਤ ਫਿਰ ਮੁਸ਼ਕਲਾਂ ਖੜੀਆਂ ਹੋ ਜਾਂਦੀਆਂ ਨੇ ਜਿੰਨਾ ਹੋ ਸਕੇ ਪਿਆਰ ਭਰੇ ਢੰਗ ਨਾਲ ਦਲੀਲਾਂ ਦੇ ਕੇ ਹੌਲੀ-ਹੌਲੀ ਉਹਨਾਂ ਨੂੰ ਗਿਆਨ ਦੇਣ ਦਾ ਸਮਝਾਉਣ ਦਾ ਉਪਰਾਲਾ ਤਾਂ ਕਰੋ ਪਰ ਇਸ ਮਾਮਲੇ 'ਚ ਝਗੜਾ ਆਦਿਕ ਨਾ ਕਰੋ ਜਦੋਂ ਤੁਸੀਂ ਆਪਣੀ ਜ਼ਿੰਦਗੀ ਸਹੀ ਤਰੀਕੇ ਨਾਲ ਬਤੀਤ ਕਰੋਗੇ ਤਾਂ ਹੌਲੀ-ਹੌਲੀ ਉਹ ਵੀ ਮੋੜਾ ਪਉਣਗੇ ਨਹੀਂ ਤਾਂ ਤੁਹਾਤੋਂ ਅਗਲੀਆਂ ਪੀੜ੍ਹੀਆਂ ਉਹ ਚੰਗੀ ਸਿੱਖਿਆ ਲੈ ਕੇ ਚੰਗੇ ਤਰਕਸ਼ੀਲ ਬਣ ਜਾਣਗੀਆਂ ਤੇ ਤਰਕਸ਼ੀਲ ਹੋਣਾ ਕੋਈ ਬੁਰਾਈ ਨਹੀਂ ਹੈ ਚੰਗੀ ਗੱਲ ਹੈ ਪਰ ਚੰਗੀਆਂ ਗੱਲਾਂ ਨੂੰ ਵੀ ਰੱਦ ਕਰੀ ਜਾਣਾ ਉਹ ਕੋਈ ਸ਼ਾਨਪ ਨਹੀਂ ਹੁੰਦੀ ਭਾਵੇਂ ਕਿ ਵਿਚਾਰ ਬਟਾਂਦਰਾ ਦਲੀਲ ਦੇ ਨਾਲ ਗੱਲਬਾਤ ਕਰਨੀ ਇਹ ਬਹੁਤ ਲਾਹੇਵੰਦੀ ਆ ਪਰ ਤਰੀਕਾ ਪਿਆਰ ਭਰਿਆ ਹੋਣਾ ਚਾਹੀਦਾ ਸਵਾਲ ਨੰਬਰ 54 ਸਵਾਲ ਕੀਤਾ ਹੈ ਭਾਈ ਦਰਸ਼ਨ ਸਿੰਘ ਕਾਲਸਾਂ ਜ਼ਿਲ੍ਹਾ ਲੁਧਿਆਣਾ ਤੋਂ ਇਹਨਾਂ ਦਾ ਸਵਾਲ ਹੈ ਹਰੇ ਯੁਗ ਯੁਗ ਭਗਤ ਉਪਾਇਆ ਪੈ ਜ ਰੱਖਦਾ ਆਇਆ ਰਾਮ ਰਾਜੇ ਇਹ ਜਿਹੜਾ ਸ਼ਬਦ ਚੌਥੇ ਪਾਦਸ਼ਾਹ ਦਾ ਲਿਖਿਆ ਹੋਇਆ ਹੈ ਇਹਦੇ ਵਿੱਚ ਪ੍ਰਲਾਦ ਭਗਤ ਦਾ ਜ਼ਿਕਰ ਆਉਂਦਾ ਹੈ ਇਹ ਕਹਾਣੀ ਜੋ ਪ੍ਰਚਲਿਤ ਹੋ ਚੁੱਕੀ ਹੈ ਕੀ ਇਹ ਠੀਕ ਹੈ ਕੀ ਗੁਰੂ ਸਾਹਿਬ ਇਥੇ ਕੀ ਕਹਿਣਾ ਚਾਹੁੰਦੇ ਨੇ ਇਹਨਾਂ ਦਾ ਇਹ ਸਵਾਲ ਹੈ ਗੁਰਪੈਰ ਵਾਲਿਓ ਜਿਸ ਸਮਾਜ ਦੇ ਵਿੱਚ ਅਸੀਂ ਰਹਿ ਰਹੇ ਹੁੰਨੇ ਆ ਉਹਦੀਆਂ ਮਨੋਤਾਵਾਂ ਉਹਦੀਆਂ માનਤਾਵਾਂ ਪਰੰਪਰਾਵਾਂ ਉਹਦੀ ਬੋਲੀ ਤੇ ਉਹਦੀਆਂ ਉਦਾਹਰਨਾਂ ਉਹਦੇ ਦੇਵੀ ਦੇਵਤੇ ਉਹਦੇ ਰੁੱਖ ਬਿਰਖ ਨਦੀਆਂ ਨਾਲੇ ਜੋ ਕੁਝ ਵੀ ਉਥੇ ਪ੍ਰਚਲਿਤ ਹੁੰਦਾ ਹੈ ਸਮਾਜ ਦੇ ਵਿੱਚ ਲਿਖਾਰੀ ਨੇ ਬੁਲਾਰੇ ਨੇ ਉਸੇ ਨੂੰ ਵਰਤ ਕੇ ਆਪਣੇ ਵਿਚਾਰ ਸਮਾਜ ਦੇ ਅੱਗੇ ਰੱਖਲੇ ਹੁੰਦੇ ਨੇ ਗੁਰੂ ਸਾਹਿਬ ਨੇ ਉਹ ਉਦਾਹਰਣਾਂ ਜਿਹੜੀਆਂ ਹਿੰਦੂ ਸਮਾਜ ਦੇ ਵਿੱਚ ਪ੍ਰਚਲਿਤ ਸਨ ਦੇਵਤਿਆਂ ਬਾਰੇ ਭਗਤਾਂ ਬਾਰੇ ਉਹਨਾਂ ਦੀ ਵਰਤੋਂ ਕੀਤੀ ਹੈ ਪਰ ਉਹਨਾਂ ਨੂੰ ਆਪਣੇ ਢੰਗ ਨਾਲ ਵਰਤਿਆ ਹੈ ਕੁਝ ਚੰਗੀ ਸਿੱਖਿਆ ਦੇਣ ਵਾਸਤੇ ਉਹਨਾਂ ਦੀ ਵਰਤੋਂ ਕੀਤੀ ਹੈ ਇੱਥੇ ਪ੍ਰਲਾਦ ਅਤੇ ਤਰੂ ਦੋ ਭਗਤ ਨੇ ਜਿਨ੍ਹਾਂ ਦੇ ਉੱਤੇ ਕੋਈ ਬੁਰਾ ਕਲੰਕ ਨਹੀਂ ਲੱਗਿਆ ਹੋਇਆ ਇਹਨਾਂ ਨੂੰ ਕਈ ਵਾਰੀ ਗੁਰਬਾਣੀ 'ਚ ਉਦਾਹਰਣ ਦੇ ਤੌਰ ਤੇ ਬਰਤੇ ਆ ਗਿਆ ਪਰ ਇਹ ਧਿਆਨ ਰਵੇ ਇਹ ਕੇਵਲ ਕਲਪਨਿਕ ਪਾਤਰ ਨੇ ਕਿਉਂਕਿ ਜਿਹੜਾ ਥਮ ਹੈ ਜੇ ਲਾਲ ਕਰਕੇ ਅੱਗ ਵਰਗਾ ਤਪਾ ਕੇ ਭਗਤ ਪ੍ਰਲਾਦ ਜੀ ਨੂੰ ਉਹਨੂੰ ਜਫੀ ਪਾਉਣ ਵਾਸਤੇ ਆਖਿਆ ਗਿਆ ਉਹਦੇ ਤੇ ਕੀੜੀ ਆ ਗਈ ਇਹ ਮਨਉਤਾਂ ਪੁਰਾਤਨ ਗ੍ਰੰਥਾਂ ਦੇ ਵਿੱਚ ਕਿਤਾਬਾਂ ਦੇ ਵਿੱਚ ਲਿਖੀਆਂ ਹੋਈਆਂ ਨੇ ਬ੍ਰਾਹਮਣਾ ਵੱਲੋਂ ਉਹਨਾਂ ਕਲਪਨਿਕ ਕਹਾਣੀਆਂ ਦਾ ਕੇਵਲ ਹਵਾਲਾ मात्र ਹੈ ਗੱਲ ਇਥੇ ਇਹ ਹੈ ਕਿ ਸਾਨੂੰ ਤਿਆਰ ਕਰਨ ਵਾਸਤੇ ਭਗਤ ਪ੍ਰਲਾਦ ਜੀ ਦਾ ਹਵਾਲਾ ਦੇ ਕੇ ਇਹ ਦੱਸਿਆ ਗਿਆ ਹੈ ਕਿ ਜੇ ਪ੍ਰਲਾਦ ਜੀ ਇਹਨਾਂ ਦਲੇਰ ਹੋ ਸਕਦਾ ਹੈ ਇਹਨਾਂ ਨਿਡਰ ਹੋ ਸਕਦਾ ਹੈ ਬਹਾਦਰ ਹੋ ਸਕਦਾ ਹੈ ਤੇ ਉਹ ਅੱਗ ਦੇ ਅੱਗ ਵਰਗੇ ਥੰਮ ਨੂੰ ਜਫੀ ਪਾਲਣ ਨੂੰ ਤਿਆਰ ਹੋ ਜਾਂਦਾ ਹੈ ਤੇ ਤੁਸੀਂ ਇਹਨੇ ਡਰਪੋ ਕਿਉਂ ਬਣ ਗਏ ਹੋ ਕੀ ਤੁਹਾਡੀ ਪ੍ਰਮਾਤਮਾ ਰਾਖੀ ਨਹੀਂ ਕਰੇਗਾ ਜਿਵੇਂ ਕਿ ਪ੍ਰਲਾਦ ਦੀ ਤੁਸੀਂ ਆਪ ਹੀ ਆਖੀ ਜਾਂਦੇ ਹੋ ਕਿ ਪ੍ਰਲਾਦ ਦੀ ਪ੍ਰਮਾਤਮਾ ਨੇ ਰਾਖੀ ਕਰ ਦਿੱਤੀ ਫਿਰ ਤੁਹਾਡੀ ਵੀ ਰਾਖੀ ਕਰੇਗਾ ਤੁਹਾਨੂੰ ਜੇ ਮੈਦਾਨੇ ਜੰਗ ਦੇ ਵਿੱਚ ਉਤਰਨਾ ਪਵੇ ਤਾਂ ਇੰਨੇ ਡਰਪੋਕ ਨਹੀਂ ਬਣੀਦਾ ਆਪਣੇ ਹੱਕਾਂ ਨੂੰ ਲੈਣ ਵਾਸਤੇ ਤੁਹਾਨੂੰ ਬਹੁਤ ਕੁਝ ਕਰਨਾ ਪਵੇਗਾ ਪ੍ਰਲਾਦ ਵੀ ਆਪਣੇ ਪਿਤਾ ਤੋਂ ਹੱਕ ਲੈਣ ਵਾਸਤੇ ਉਹ ਲੜਾਈ ਲੜ ਰਿਹਾ ਸੀ ਤੇ ਉਹਦਾ ਪਿਤਾ ਉਹਨੂੰ ਉਹ ਹੱਕ ਦੇ ਨਹੀਂ ਸੀ ਰਿਹਾ ਕਹਾਣੀ ਇਹ ਸਾਰੀ ਦੀ ਸਾਰੀ ਪੁਰਾਣਿਕ ਹੈ ਕਲਪਨਿਕ ਹੈ ਪਰ ਇਹਦੀਆਂ ਉਦਾਹਰਣਾਂ ਦੇ ਕੇ ਗੁਰੂ ਸਾਹਿਬ ਨੇ ਸਾਨੂੰ ਸਮਝਾਉਣ ਦਾ ਉਪਰਾਲਾ ਕੀਤਾ ਹੈ ਸਾਰੀ ਦੁਨੀਆ ਦੇ ਵਿੱਚੀ ਪਸ਼ੂਆਂ ਪੰਛੀਆਂ ਤੱਕ ਨੂੰ ਉਹਨਾਂ ਦਾ ਨਾਮ ਵਰਤ ਕੇ ਉਦਾਹਰਣਾਂ ਦਿੱਤੀਆਂ ਜਾਂਦੀਆਂ ਨੇ ਬਈ ਕੁੱਤੇ ਵਾਲਾ ਗੁਣ ਹੈ ਜਿਹੜਾ ਉਹ ਵਫਾਦਾਰੀ ਦਾ ਹੈ ਭਾਈ ਉਹਨੂੰ ਅਪਣਾਓ ਤੇ ਕੁੱਤੇ ਦਾ ਔਗਣ ਹੈ ਉਹ ਹੈ ਲਾਲਚੀ ਤੇ ਲਾਲਚ ਵਾਲਾ ਜਿਹੜਾ ਔਗਣ ਔਗਣ ਹੈ ਕੁੱਤੇ ਦੇ ਵਿੱਚ ਉਤੋਂ ਬਚ ਕੇ ਰਹੋ ਇਹ ਜਿਹੜੀਆਂ ਉਦਾਹਰਣਾਂ ਨੇ ਇਹ ਕੇਵਲ ਉਦਾਹਰਣਾਂ ਹੁੰਦੀਆਂ ਹੁੰਦੀਆਂ ਨੇ ਇਹਨਾਂ ਦੀ ਸੱਚਾਈ ਦੇ ਪਿੱਛੇ ਜਾਣ ਦੀ ਲੋੜ ਨਹੀਂ ਕਿ ਕੀ ਸੱਚਮੁੱਚ ਹੀ ਪ੍ਰਲਾਦ ਇਸ ਤਰ੍ਹਾਂ ਹੋਇਆ ਸੀ ਅੱਗ ਵਰਗੇ ਤਪ ਦੇ ਥੰਮ ਨੂੰ ਉਹਨੇ ਜੱਫੀ ਪਾ ਲਈ ਸੀ ਉੱਤੇ ਕੀੜੀ ਆ ਗਈ ਸੀ ਤੇ ਉਹਦਾ ਵੇਖ ਕੇ ਪ੍ਰਲਾਦ ਨੇ ਵੀ ਉਹਨੂੰ ਜੱਫੀ ਪਾ ਲਈ ਤੇ ਇਹ ਕਹਾਣੀਆਂ ਇਸ ਤਰ੍ਹਾਂ ਸੱਚ ਨਹੀਂ ਹੁੰਦੀਆਂ ਹੋਰ ਵੀ ਬਹੁਤ ਸਾਰੇ ਪ੍ਰਮਾਣ ਗੁਰਬਾਣੀ ਚ ਹਵਾਲੇ ਇਹੋ ਜੇ ਮਿਲ ਜਾਂਦੇ ਨੇ ਪਰ ਉਹ ਕੇਵਲ ਕੁਝ ਗੱਲ ਸਮਝਾਉਣ ਵਾਸਤੇ ਹੁੰਦੇ ਨੇ ਇਤਿਹਾਸ ਨਾਲ ਇਹਨਾਂ ਦਾ ਕੋਈ ਸਰੋਕਾਰ ਨਹੀਂ ਕੇਵਲ ਸਿੱਖਿਆ ਲੈਣੀਆਂ ਹੁੰਦੀਆਂ ਨੇ ਜਿਵੇਂ ਆਪਾਂ ਛੋਟੇ ਬੱਚਿਆਂ ਨੂੰ ਬਹੁਤ ਸਾਰੀਆਂ ਉਦਾਹਰਣਾਂ ਦੇ ਦੇ ਕੇ ਕਹਾਣੀਆਂ ਪਾ ਪਾ ਕੇ ਕੁਝ ਮਤ ਦੇਣ ਦਾ ਉਪਰਾਲਾ ਕਰਦੇ ਆ ਸਾਡੇ ਘਰਾਂ ਦੇ ਵਿੱਚ ਆਮ ਇਸ ਤਰ੍ਹਾਂ ਚੱਲਦਾ ਸੀ ਅੱਗੇ ਤੇ ਹੁਣ ਵੀ ਕਈਆਂ ਥਾਵਾਂ ਤੇ ਬੱਚਿਆਂ ਨੂੰ ਇਸ ਤਰ੍ਹਾਂ ਦੀ ਮਤ ਦਿੱਤੀ ਜਾਂਦੀ ਹੈ ਪਰ ਜਦੋਂ ਬੱਚੇ ਵੱਡੇ ਹੋ ਜਾਂਦੇ ਨੇ ਮਾਨਸਿਕ ਵਿਕਾਸ ਹੋ ਜਾਂਦਾ ਹੈ ਉਹਨਾਂ ਨੂੰ ਸਮਝ ਆ ਜਾਂਦੀ ਹੈ ਕਿ ਉਹ ਕਹਾਣੀ ਕੇਵਲ ਸਮਝਾਉਣ ਵਾਸਤੇ ਸੀ ਉਹਦਾ ਇਤਿਹਾਸ ਨਾਲ ਕੋਈ ਸਿੱਧਾ ਸਬੰਧ ਨਹੀਂ ਹੈ ਇਸ ਤਰ੍ਹਾਂ ਹੀ ਇਹ ਪ੍ਰਲਾਦ ਜੀ ਦੀ ਕਹਾਣੀ ਹੈ ਸਵਾਲ ਨੰਬਰ 55 ਅਗਲਾ ਸਵਾਲ ਹੈ ਰਾਜਕੁਮਾਰ ਜੀ ਬਠਿੰਡਾ ਤੋਂ ਸਵਾਲ ਕਰਦੇ ਨੇ ਕਿ ਆਬਨ 78 ਜਨ 97 ਹੋਰ ਵੀ ਉੱਠ ਸੀ ਮਰਦ ਦਾ ਚੇਲਾ ਇਹ ਗੁਰਨਾਮਿਕ ਸਾਹਿਬ ਦਾ ਉਚਾਰਨ ਕੀਤਾ ਸ਼ਬਦ ਹੈ ਇਹਦਾ ਕੀ ਭਾਵ ਹੈ ਕਿ ਇਹ ਭਵਿੱਖਬਾਣੀ ਕੀਤੀ ਗਈ ਹੈ ਗੁਰੂ ਪਿਆਰ ਵਾਲਿਓ ਜਦੋਂ ਅਸੀਂ ਗਹਿਰਾਈ ਨਾਲ ਸ਼ਬਦ ਪੜ੍ਹਦੇ ਹਾਂ ਅਤੇ ਗਹਿਰਾਈ ਨਾਲ ਇਤਿਹਾਸ ਨੂੰ ਵਿਚਾਰਦੇ ਹਾਂ ਤਾਂ ਇਹ ਸਾਨੂੰ ਚੇਤਾ ਰਵੇ ਕਿ ਗੁਰੂ ਨਾਨਕ ਸਾਹਿਬ ਬਾਬਰ ਦੇ ਹਮਲੇ ਤੋਂ ਪਹਿਲਾਂ ਮੱਕੇ ਦੀ ਯਾਤਰਾ ਤੇ ਗਏ ਸੀ ਲੰਮੇ ਸਮੇਂ ਤੱਕ ਮੁਸਲਮਾਨ ਹਾਜੀਆ ਨਾਲ ਉਹ ਇਕੱਠੇ ਰਹੇ ਨੇ ਉਧਰ ਜਿਹੜੇ ਮੁਸਲਮਾਨ ਹਾਜੀ ਸਨ ਉਹਨਾਂ ਦੇ ਇਕੱਠਾਂ ਵਿੱਚ ਉਹ ਵਿਚਾਰ ਚਰਚਾਾਂ ਵਿੱਚ ਸੁਣਦੇ ਰਹੇ ਸਨ ਤੇ ਉਹਨਾਂ ਨੇ ਸਾਰੇ ਹਾਲਾਤ ਉਦੋਂ ਆਪਣੀ ਅੱਖੀਂ ਵੇਖੇ ਕਿ ਭਾਰਤ ਦੇ ਉੱਤੇ ਹਮਲਾ ਕਰਨ ਵਾਸਤੇ ਫੌਜਾਂ ਤਿਆਰ ਹੋ ਰਹੀਆਂ ਨੇ ਧਾਰਮਿਕ ਸਥਾਨਾਂ ਤੇ ਵੱਡੇ ਇਕੱਠਾਂ ਵਿੱਚ ਉਹਨਾਂ ਦੇ ਧਾਰਮਿਕ ਮੁਖੀ ਅਤੇ ਰਾਜਨੀਤਿਕ ਮੁਖੀ ਉਹ ਸਾਰੇ ਨੌਜਵਾਨਾਂ ਨੂੰ ਭਰਤੀ ਕਰ ਰਹੇ ਨੇ ਹਥਿਆਰਬੰਦ ਹੋਣ ਦੀ ਤਾਕੀਦ ਕਰ ਰਹੇ ਨੇ ਤਾਂ ਕਿ ਭਾਰਤ ਦੇ ਉੱਤੇ ਸਮੇਂ ਸਿਰ ਕਾਮਯਾਬ ਹਮਲਾ ਕੀਤਾ ਜਾ ਸਕੇ ਤੇ ਉਹਨਾਂ ਨੂੰ ਇਹ ਸਮਝਾਇਆ ਜਾ ਰਿਹਾ ਸੀ ਕਿ ਉਧਰ ਬਹੁਤ ਕੁਝ ਲੁੱਟਣ ਵਾਸਤੇ ਸਾਨੂੰ ਮਿਲ ਸਕਦਾ ਸੋਨਾ ਚਾਂਦੀ ਹੈ ਹੀਰੇ ਜਵਾਹਰਾਤ ਨੇ ਧਨ ਪਦਾਰਤ ਤੋਂ ਇਲਾਵਾ ਸੋਹਣੀਆਂ ਲੜਕੀਆਂ ਨੇ ਜੇ ਆਪਾਂ ਜਿੱਤ ਗਏ ਤਾਂ ਉਹ ਸਾਰਾ ਕੁਝ ਇੱਧਰ ਆਪਾਂ ਲਿਆਵਾਂਗੇ ਜੇ ਉੱਥੇ ਰਹਿਣ ਦਾ ਇਰਾਦਾ ਬਣਿਆ ਤਾਂ ਆਪਾਂ ਉੱਥੇ ਰਾਜ ਵੀ ਕਰ ਸਕਾਂਗੇ ਤੇ ਜੇ ਤੁਸੀਂ ਮਰ ਵੀ ਗਏ ਸ਼ਹੀਦ ਹੋ ਗਏ ਤਾਂ ਤੁਹਾਨੂੰ ਜੰਨਤ ਮਿਲੇਗੀ ਇਹ ਸਾਰਾ ਕੁਝ ਲੈਕਚਰ ਹੁੰਦੇ ਗੁਰੂ ਨਾਨਕ ਸਾਹਿਬ ਉਧਰ ਸੁਣ ਕੇ ਆਏ ਸੀ ਕਿ ਤਿਆਰੀ ਹੋ ਰਹੀ ਹੈ ਬਾਬਰ ਦੀ ਭਾਰਤ ਦੇ ਉੱਤੇ ਹਮਲੇ ਵਾਸਤੇ ਗੁਰੂ ਨਾਨਕ ਸਾਹਿਬ ਨੇ ਇੱਧਰ ਆ ਕੇ ਥਾਂ-ਥਾਂ ਤੇ ਘੁੰਮ ਕੇ ਲੋਕਾਂ ਨੂੰ ਸੁਚੇਤ ਕਰਨ ਦਾ ਯਤਨ ਕੀਤਾ ਕਿ ਭਾਈ ਤਕੜੇ ਹੋਵੋ ਉਹ ਆ ਰਿਹਾ ਹੈ ਤੇ ਜੇ ਤੁਸੀਂ ਕੋਈ ਮਰਦ ਦੇ ਪੁੱਤਰ ਬਣ ਸਕੇ ਤੁਸੀਂ ਕੁਝ ਕਰ ਸਕੇ ਤਾਂ ਮੈਦਾਨ ਦੇ ਵਿੱਚ ਨਿਤਰ ਸਕੇ ਉਹਦਾ ਮੁਕਾਬਲਾ ਕਰ ਸਕੇ ਤਾਂ ਆਪਣੇ ਦੇਸ਼ ਨੂੰ ਬਚਾ ਲੋਗੇ ਨਹੀਂ ਤੁਹਾਡਾ ਦੇਸ਼ ਕੁੱਟਿਆ ਜਾਵੇਗਾ ਲੁੱਟਿਆ ਜਾਵੇਗਾ ਬਰਬਾਦ ਹੋ ਜਾਵੇਗਾ ਉਹ ਜਿਹੜਾ ਸਮਾਂ ਸੀ ਉਹਨਾਂ ਹਾਲਾਤਾਂ ਨੂੰ ਵੇਖ ਕੇ ਗੁਰੂ ਨਾਨਕ ਸਾਹਿਬ ਨੇ ਆਪਣੇ ਲੋਕਾਂ ਦਾ ਜਿਹੜਾ ਦੁੱਖ ਦਰਦ ਹੈ ਇਹਨਾਂ ਸ਼ਬਦਾਂ ਦੇ ਵਿੱਚ ਬਿਆਨ ਕੀਤਾ ਕਿ ਬਾਬਰ ਆ ਰਿਹਾ ਹੈ ਤੇ ਉਹ ਤੁਹਾਡੇ ਤੇ ਹਮਲਾ ਕਰਨ ਨੂੰ ਤਿਆਰ ਹੈ ਆ ਮੇਰੇ ਬੱਚਿਓ ਆ ਮੇਰੇ ਲਾਲੋ ਤੁਸੀਂ ਤਕੜੇ ਹੋਵੋ ਤਿਆਰ ਹੋਵੋ ਮੁਕਾਬਲਾ ਕਰਨ ਵਾਸਤੇ ਮદાન ਚ ਨਿਤਰੋ ਤਾਂ ਕਿ ਤੁਸੀਂ ਆਪਣੇ ਦੇਸ਼ ਦੀ ਇੱਜ਼ਤ ਆਬਰੂ ਬਚਾ ਸਕੋ ਇਹ ਭਵਿੱਖਵਾਕ ਵੀ ਇਹਨੂੰ ਕਹਿ ਲਈਏ ਪਰ ਇਹ ਗੁਰੂ ਸਾਹਿਬ ਆਪ ਵੇਖ ਕੇ ਆਏ ਸੀ ਐਵੇਂ ਅਟਕਲ ਪਚੂਨੀ ਉਹਨਾਂ ਨੇ ਮਾਰੇ ਇਤਿਹਾਸ ਜੇ ਕਿਤੇ ਲਿਖਿਆ ਜਾਵੇ ਇਹ ਚਾਰ ਸ਼ਬਦ ਬਾਬਰ ਦੇ ਹਮਲੇ ਨਾਲ ਸੰਬੰਧਿਤ ਨੇ ਗੁਰਬਾਣੀ ਦੇ ਵਿੱਚ ਲਿਖੇ ਹੋਏ ਉਹ ਚਾਰਾਂ ਸ਼ਬਦਾਂ ਨੂੰ ਜੇ ਵਿਚਾਰ ਲਿਆ ਜਾਵੇ ਤਾਂ ਬਹੁਤ ਸਾਰਾ ਜੋ ਦੁਖਦਾਈ ਪੱਖ ਹੈ ਉਹਨਾਂ ਸਮੇਂ ਚ ਬਾਬਰ ਦੀਆਂ ਫੌਜਾਂ ਨੇ ਭਾਰਤੀ ਲੋਕਾਂ ਨਾਲ ਜੋ ਕੀਤਾ ਉਹਨਾਂ ਚਾਰੇ ਸ਼ਬਦਾਂ ਦੇ ਵਿੱਚ ਖੂਨ ਦੀਆਂ ਨਦੀਆਂ ਵਹਿਦੀਆਂ ਸਾਨੂੰ ਸਾਫ਼ ਨਜ਼ਰ ਆਉਂਦੀਆਂ ਨੇ ਵੱਡ ਟੁਕ ਹੁੰਦੀ ਸਾਫ਼ ਨਜ਼ਰ ਆਉਂਦੀ ਹੈ ਲੋਕਾਂ ਦੀਆਂ ਚੀਕਾਂ ਹੋ ਕੇ ਸਾਨੂੰ ਸਾਫ਼ ਨਜ਼ਰ ਆਉਂਦੇ ਨੇ ਪਰ ਪੁਜਾਰੀਆਂ ਦੇ ਮੰਤਰ ਜਾਪ ਅਤੇ ਉਹਨਾਂ ਦੇ ਪਖੰਡ ਵੀ ਉਗੜ ਕੇ ਨੰਗੇ ਹੋ ਕੇ ਸਭ ਦੇ ਸਾਹਮਣੇ ਆ ਜਾਂਦੇ ਨੇ ਜਦੋਂ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਿ ਤੁਹਾਡੇ ਮੰਤਰਾਂ ਨੇ ਕਿਸੇ ਦਾ ਕੁਝ ਵੀ ਨਹੀਂ ਸਮਾਰਿਆ ਤੁਸੀਂ ਤੇ ਲੋਕਾਂ ਨੂੰ ਕੇਵਲ ਮੰਤਰ ਪੜਾਉਂਦੇ ਰਹੇ ਤੇ ਗੁਰਪਿਆਰ ਵਾਲਿਓ ਇਹ ਜਿਹੜੇ ਸ਼ਬਦ ਨੇ ਇਹਨਾਂ ਤੇ ਆਧਾਰਿਤ ਜੇ ਇਤਿਹਾਸ ਲਿਖਿਆ ਜਾਵੇ ਨਵੇਂ ਸਿਰਿਓ ਤਾਂ ਬਹੁਤ ਸਾਰੀਆਂ ਹੋਰ ਚੰਗੀਆਂ ਗੱਲਾਂ ਸਾਡੇ ਸਾਹਮਣੇ ਆ ਸਕਦੀਆਂ ਨੇ ਉਸ ਸਮੇਂ ਨੂੰ ਸਮਝਣ ਵਾਸਤੇ ਅਸੀਂ ਬਹੁਤ ਕੁਝ ਇਹਦੇ ਚੋਂ ਪੜ੍ਹ ਸਕਦੇ ਆ ਫਿਰ ਵੀ ਗੁਰਬਾਣੀ ਨੂੰ ਜਦੋਂ ਗਹਿਰਾਈ ਨਾਲ ਸਮਝ ਕੇ ਪੜਾਂਗੇ ਤਾਂ ਕਈ ਸਾਰੀਆਂ ਨਵੀਆਂ ਗੱਲਾਂ ਸਾਡੇ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਹੋਰ ਵੀ ਬਹੁਤ ਕੁਝ ਹੈ ਜਿਹੜਾ ਥੋੜੇ ਸਮੇਂ 'ਚ ਬਿਆਨ ਨਹੀਂ ਕੀਤਾ ਜਾ ਸਕਦਾ ਸਵਾਲ ਨੰਬਰ 56 ਬੇਦੀ ਮੀਰਪੁਰੀ ਜੀ ਪੁੱਛ ਰਹੇ ਨੇ ਜੇ ਕੁਦਰਤ ਬੇਅੰਤ ਹੈ ਤਾਂ 84 ਲੱਖ ਜੂਨਾ ਕਿਉਂ ਹਨ ਇਹ ਵੱਧ ਘਟ ਕਿਉਂ ਨਹੀਂ ਹੈਗੀਆਂ ਇਹ ਭਾਈ ਪੁਜਾਰੀ ਲਾਣੇ ਦਾ ਜੋ ਪ੍ਰਚਾਰ ਸੀ ਉਹਦੇ ਨਾਲ ਭਾਰਤ ਦੇ ਵਿੱਚ ਤਾਂ 84 ਲੱਖ ਜੂਨਾ ਦੀ ਗਿਣਤੀ ਲੋਕਾਂ ਦੇ ਮਨਾਂ ਚ ਬੈਠ ਗਈ ਹੈ ਪਰ ਇਸਲਾਮ ਦੇ ਵਿੱਚ 84 ਲੱਖ ਜੂਨਾ ਦੀ ਗਿਣਤੀ ਨਹੀਂ ਹੈ ਈਸਾਈ ਧਰਮ ਦੇ ਵਿੱਚ 유ਹੂਦੀ ਧਰਮ ਵਿੱਚ ਬੋਧੀਆਂ ਜੈਨੀਆਂ ਚ ਇਹ ਗਿਣਤੀ ਨਹੀਂ ਹੈ ਸਿੱਖ ਧਰਮ ਕਿਉਂਕਿ ਭਾਰਤ ਦੇ ਵਿੱਚ ਪੈਦਾ ਹੋਇਆ ਇੱਥੇ ਜਿਹੜੇ ਸਿੱਖ ਬਣੇ ਸੀ ਉਹ ਬਹੁਤ ਸਾਰੇ Hindu ਸਮਾਜ ਦੇ ਵਿੱਚੋਂ ਆ ਰਹੇ ਸੀ ਇਸ ਕਰਕੇ ਉਹਨਾਂ ਨੇ ਛੇਤੀ ਕੀਤੇ ਆਪਣਾ ਪਛੋਕੜ ਤਿਆਗਿਆ ਨਹੀਂ ਤੇ ਗੁਰੂ ਸਾਹਿਬ ਨੇ ਉਦਾਹਰਨਾਂ ਵੀ ਕਈ ਤਰ੍ਹਾਂ ਦੀਆਂ ਇਸ ਪੱਖ ਚ ਦਿੱਤੀਆਂ ਹੋਈਆਂ ਨੇ ਜਿਵੇਂ 84 ਲੱਖ ਜੂਨਾ ਹੁੰਦੀਆਂ ਨੇ ਐਉਂ ਮਹਿਸੂਸ ਹੁੰਦਾ ਪਰ ਨਹੀਂ ਗੁਰੂ ਸਾਹਿਬ ਨੇ ਬੇਅੰਤ 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 ਕਈ ਕਿ ਵੀ ਬਹੁਤ ਵਾਰੀ ਲਿਖਿਆ ਹੋਇਆ ਗੁਰਬਾਣੀ 84 ਲੱਖ ਜੁਨਾ ਨਰਕ ਸੁਰਗ ਜਾਂ ਫਿਰ ਧਰਮ ਰਾਜ ਜਮ ਰਾਜ ਜਮਦੂਤ ਲੇਖਾ ਜੋਖਾ ਅਗਲਾ ਪਿਛਲਾ ਜਨਮ ਇਹਨਾਂ ਨੂੰ ਪਰਵਾਣ ਨਹੀਂ ਕਰਦੀ ਤੇ ਇਹਦਾ ਵੱਖਰਾ ਵਿਸ਼ਾ ਲੈ ਕੇ ਕਦੀ ਇੱਕ ਸ਼ਬਦ ਦੋ ਸ਼ਬਦ ਤੁਹਾਡੇ ਸਾਹਮਣੇ ਰੱਖੇ ਜਾਣਗੇ ਪਰ ਇਥੇ ਦੇਖਣਾ ਇਹ ਹੈ ਕਿ ਫਿਰ ਅਗਲਾ ਜਨਮ ਹੁੰਦਾ ਕੀ ਹੈ ਉਹ ਹੈ ਸੋਚ ਬਦਲ ਜਾਣੀ ਗੁਰ ਇਨਸਾਨਾਂ ਨੂੰ ਹੀ ਗੁਰਬਾਣੀ ਦੇ ਵਿੱਚ ਬਹੁਤ ਵਾਰੀ ਕੁੱਤੇ ਸੂਰ ਗਧੇ ਬਲਦ ਅਤੇ ਹੋਰ ਕਈ ਜਾਨਵਰਾਂ ਨਾਲ ਤਸਬੀਹਾਂ ਦਿੱਤੀਆਂ ਜਾਂਦੀਆਂ ਨੇ ਭਾਵੇਂ ਜਦੋਂ ਇਨਸਾਨ ਕੋਲੇ ਅਕਲ ਨਹੀਂ ਹੁੰਦੀ ਤਾਂ ਉਦੋਂ ਆਮ ਤੌਰ ਤੇ ਆਪਾਂ ਕਹਿ ਦਿੰਦੇ ਹਾਂ ਫਲਾਣਾ ਬੰਦਾ ਤਾਂ ਇਨਾ ਡਿੱਗ ਗਿਆ ਉਹ ਤਾਂ ਜੀਵਨ ਉਹਦਾ ਲਗਭਗ ਸੂਰਾਂ ਵਰਗਾ ਹੀ ਹੋ ਗਿਆ ਉਹ ਤਾਂ ਕੇਵਲ ਗਧਿਆਂ ਵਰਗਾ ਜੀਵਨ ਜਿਉ ਰਿਹਾ ਭਾਵ ਹੈ ਉਹਦੀ ਸੋਚ ਬਹੁਤ ਨੀਵੀਂ ਹੋਊਗੀ ਉਹ ਸਰੀਰ ਕਰਕੇ ਖੋਤਾ ਕੁੱਤਾ ਨਹੀਂ ਬਣਿਆ ਉਹਦੀ ਸੋਚ ਨੀਵੀਂ ਹੋਊਗੀ ਤੇ ਜਦੋਂ ਉਹਨੇ ਆਪਣੇ ਕਿਸੇ ਰਹਿਬਰ ਤੋਂ ਗੁਰੂ ਤੋਂ ਟੀਚਰ ਤੋਂ ਚੰਗੇ ਵਿਦਵਾਨ ਤੋਂ ਚੰਗੀ ਮਤ ਲਈ ਤਾਂ ਉਹਦਾ ਜੀਵਨ ਜਦੋਂ ਥੋੜਾ ਥੋੜਾ ਬਦਲਣਾ ਸ਼ੁਰੂ ਹੋਇਆ ਤਾਂ ਉਹਨੂੰ ਆਪਣੇ ਆਪ ਅਹਿਸਾਸ ਹੁੰਦਾ ਹੈ ਕਿ ਪਹਿਲਾਂ ਨਾਲੋਂ ਮੈਂ ਕੁਝ ਹੋਰ ਬਣਦਾ ਜਾ ਰਿਹਾ ਆਲਾ ਦਵਾਲਾ ਵੀ ਉਹਨੂੰ ਵੇਖਦਾ ਹੈ ਕਿ ਪਹਿਲਾਂ ਵਰਗਾ ਨਹੀਂ ਰਿਹਾ ਤੇ ਜਿਵੇਂ ਗੁਰੂ ਸਾਹਿਬ ਨੇ ਤਾਂ ਉਹਨੂੰ ਸਤ ਗੁਰੂ ਕਾ ਜਨਮ ਹੈ ਗਵਨ ਮਿਟਾਇਆ ਭਾਵਕੇ ਹੁਣ ਤੂੰ ਭਾਈ ਸਿੱਖਾ ਗੁਰੂ ਘਰ ਪੈਦਾ ਹੋਏ ਐ ਤੇਰੇ ਪਿਛਲੇ ਸਾਰੇ ਲੈ ਕੇ ਜੋ ਕੇ ਸਮਝ ਲੈ ਖਤਮ ਹੋ ਗਏ ਨੇ ਤੂੰ ਗੁਰੂ ਦਾ ਪੁੱਤਰ ਧੀ ਬਣ ਗਿਆ ਤੇ ਪਿਛਲਾ ਜਿਹੜਾ ਜਨਮ ਹੈ ਤੇਰਾ ਭਾਵ ਕੇ ਪਿਛਲੀ ਜ਼ਿੰਦਗੀ ਉਹਨੂੰ ਖਤਮ ਕਰ ਦੇ ਅੱਜ ਨਵੇਂ ਸਿਰਿਓ ਆਪਣਾ ਜੀਵਨ ਸ਼ੁਰੂ ਕਰ ਦੇ ਅਸੀਂ ਆਮ ਹੀ ਕਹਿ ਦਨੇ ਆ ਕਿ ਅੱਜ ਮੈਨੂੰ ਐਸ ਗੱਲ ਦੀ ਸਮਝ ਆਈ ਹੈ ਮੈਂ ਪੁਰਾਤਨ ਬੁਰਾਈਆਂ ਸਾਰੀਆਂ ਛੱਡ ਦਿੱਤੀਆਂ ਅੱਜ ਮੇਰੀ ਜ਼ਿੰਦਗੀ ਨਵੇਂ ਸਿਰਿਓ ਸ਼ੁਰੂ ਹੋਣ ਲੱਗੀ ਹੈ ਮੈਂ ਸ਼ਰਾਬੀ ਸੀ ਮੈਂ ਚੋਰ ਸੀ ਮੈਂ ਕਾਮੀ ਵਿਵਚਾਰੀ ਸੀ ਮੈਂ ਉਹਨਾਂ ਚੀਜ਼ਾਂ ਨੂੰ ਛੱਡ ਕੇ ਅੱਜ ਤੋਂ ਪਰਨ ਕਰਦਾ ਹਾਂ ਮੇਰਾ ਨਵਾਂ ਜੀਵਨ ਅੱਜ ਮੇਰੇ ਗੁਰੂ ਦੀ ਸਿੱਖਿਆ ਦੇ ਕਾਰਨ ਸ਼ੁਰੂ ਹੋ ਗਿਆ ਤਾਂ ਇਸ ਤਰ੍ਹਾਂ ਸਾਡਾ ਜੀਵਨ ਬਦਲਦਾ ਨਵਾਂ ਜਨਮ ਹੁੰਦਾ ਨਵਾਂ ਜਨਮ ਸਰੀਰ ਕਰਕੇ ਨਹੀਂ ਬਲਕਿ ਮਨ ਦਾ ਬਦਲ ਜਾਣਾ ਹੀ ਨਵਾਂ ਜਨਮ ਹੁੰਦਾ ਜੋ ਕੰਮ ਕਰਨੇ ਨੇ ਭਾਵੇਂ ਸਰੀਰ ਨੇ ਕਰਨੇ ਨੇ ਪਰ ਇਹਦੇ ਪਿਛੋਕੜ ਵਿੱਚ ਦਿਮਾਗ ਹੈ ਗਿਆਨ ਹੈ ਅਕਲ ਹੈ ਮਨ ਹੈ ਇਹੋ ਹੀ ਮਨ ਹੈ ਜਿਹੜਾ ਬੰਦੇ ਨੂੰ ਚੋਰ ਬਣਾਉਂਦਾ ਹੈ ਠੱਗ ਬਣਾਉਂਦਾ ਹੈ ਕਾਤਲ ਬਣਾਉਂਦਾ ਹੈ ਇਹੀ ਹੁਈ ਮਨ ਹੈ ਪਰਉਪਕਾਰੀ ਬਣਾਉਂਦਾ ਹੈ ਸੇਵਾਦਾਰ ਬਣਾਉਂਦਾ ਹੈ ਨੇਕ ਇਨਸਾਨ ਬਣਾਉਂਦਾ ਹੈ ਗੱਲ ਹੈ ਸੁਭਾਅ ਦੇ ਬਦਲ ਜਾਣ ਦੀ ਇਹ ਹੈ ਸਾਡਾ ਨਵਾਂ ਜਨਮ ਬਦਲ ਜਾਣਾ ਦਿਮਾਗ ਦਾ ਬਦਲ ਜਾਣਾ ਅਕਲ ਦਾ ਬਦਲ ਜਾਣਾ ਸੁਭਾਅ ਦਾ ਬੁਰਾਈਆਂ ਛੱਡ ਕੇ ਨੇਕੀ ਦੇ ਰਾਹ ਤੇ ਚੱਲ ਪੈਣਾ ਸਵਾਲ ਨੰਬਰ 57 ਭਾਈ ਗੁਰਦਾਸ ਸਿੰਘ ਪਿੰਡ ਮਿੱਠੜੀ ਜ਼ਿਲ੍ਹਾ सिरसा ਤੋਂ ਉਹ ਪੁੱਛਦੇ ਨੇ ਕੀ ਗੁਰਦੁਆਰੇ ਵਿੱਚ ਨਿਸ਼ਾਨ ਸਾਹਿਬ ਦਾ ਹੋਣਾ ਜ਼ਰੂਰੀ ਹੈ ਗੁਰੂ ਪਿਆਰ ਵਾਲਿਓ ਅਸਲ ਦੇ ਵਿੱਚ ਇਹ ਨਿਸ਼ਾਨ ਸਾਹਿਬ ਗੁਰਦੁਆਰਿਆਂ ਵਾਸਤੇ ਨਹੀਂ ਸੀ ਇਹ ਤਾਂ ਸਾਡਾ ਰਾਜਨੀਤਿਕ ਝੰਡਾ ਸੀ ਜਿਵੇਂ ਕਿ ਦੁਨੀਆ ਦੇ ਸਾਰੇ ਦੇਸ਼ਾਂ ਦੇ ਆਪੋ ਆਪਣੇ ਰਾਜਨੀਤਿਕ ਰਾਜਨੀਤਿਕ ਝੰਡੇ ਹੁੰਦੇ ਨੇ ਜਦੋਂ ਕੋਈ ਪ੍ਰਧਾਨ ਮੰਤਰੀ ਜਾਂ ਰਾਸ਼ਟਰਪਤੀ ਕਿਸੇ ਦੂਜੇ ਦੇਸ਼ ਦੇ ਰਾਸ਼ਟਰਪਤੀ ਨਾਲ ਗੱਲਬਾਤ ਕਰਨ ਵਾਸਤੇ ਜਾਂਦਾ ਹੈ ਤਾਂ ਉਹਨਾਂ ਦੇ ਟੇਬਲਾਂ ਦੇ ਉੱਤੇ ਵੀ ਛੋਟੇ-ਛੋਟੇ ਆਪੋ ਆਪਣੇ ਦੇਸ਼ ਦੇ ਚਿੰਨ੍ਹ ਝੰਡੇ ਰੱਖੇ ਹੁੰਦੇ ਨੇ ਇਹ ਉਹਨਾਂ ਦੀ ਪਛਾਣ ਹੁੰਦੀ ਹੈ ਬੋਲ ਕੇ ਦੱਸਣ ਵਾਸਤੇ ਅਲੱਗ ਕਿਤਾਬਾਂ ਹੁੰਦੀਆਂ ਨੇ ਕਿ ਇਹ ਕਿਹੜਾ ਦੇਸ਼ ਹੈ ਤੇ ਉਹਦੀ ਕਿੰਨੀ ਆਬਾਦੀ ਹੈ ਤੇ ਉਹਦਾ ਕੌਣ ਪ੍ਰਧਾਨ ਮੰਤਰੀ ਹੈ ਉਹ ਅਲੱਗ ਗੱਲਾਂ ਹੁੰਦੀਆਂ ਨੇ ਪਰ ਸੰਖੇਪ ਤੌਰ ਤੇ ਚਿੰਨਾ ਦੇ ਨਾਲ ਗੱਲ ਜਿਹੜੀ ਸਮਝਾਈ ਜਾਂਦੀ ਹੈ ਝੰਡਾ ਉਹਨਾਂ ਦੇ ਵਿੱਚੋਂ ਪ੍ਰਮੁੱਖ ਹੈ ਜਿਵੇਂ ਭਾਰਤ ਦਾ ਤਿਰੰਗਾ ਝੰਡਾ ਹੈ ਹੋਰ ਨਾ ਦੇਸ਼ਾਂ ਦੇ ਆਪੋ ਆਪਣੇ ਇਸੇ ਤਰ੍ਹਾਂ ਝੰਡੇ ਨੇ ਪੁਰਾਤਨ ਸਮਿਆਂ ਚ ਨੀਲਾ ਝੰਡਾ ਹੀ ਮੰਨਿਆ ਜਾਂਦਾ ਸੀ ਜਿਹੜਾ ਕਿ ਇਤਿਹਾਸ ਦੇ ਵੀ ਜ਼ਿਕਰ ਹੈ ਜਦੋਂ ਸਾਡੇ ਜੰਗਜੂ ਗੁਰਸਿੱਖ ਜੰਗਾਂ ਯੁੱਧਾਂ ਦੇ ਵਿੱਚ ਜਾਂਦੇ ਸੀ ਲੜਦੇ ਸੀ ਤਾਂ ਉਹਨਾਂ ਕੋਲੇ ਕਿਸੇ ਡੰਡੇ ਸੋਟੇ ਤੇ ਨੀਲੇ ਝੰਡੇ ਲਾਏ ਹੁੰਦੇ ਸੀ ਆਪਣੀ ਜਿੱਤ ਦਾ ਪ੍ਰਤੀਕ ਆਪਣੀ ਫੌਜ ਦਾ ਪ੍ਰਤੀਕ ਤੇ 1826 ਦੇ ਵਿੱਚ ਦਰਬਾਰ ਸਾਹਿਬ ਦੇ ਵਿੱਚ ਜਿਹੜਾ ਕਿਹਾ ਜਾਂਦਾ ਹੈ ਕਿ ਦੋ ਨਿਸ਼ਾਨ ਸਾਹਿਬ ਲੱਗੇ ਹੋਏ ਨੇ ਇੱਕ ਮੀਰੀ ਦਾ ਇੱਕ ਪੀਰੀ ਦਾ ਕਹਾਣੀ ਘੜੀ ਗਈ ਹੈ ਤੇ ਉਹ ਜਿਹੜੇ ਦੋ ਨਿਸ਼ਾਨ ਸਾਹਿਬ ਨੇ ਅਸਲ ਦੇ ਵਿੱਚ ਉਥੇ ਪਹਿਲਾਂ 1826 ਤੱਕ ਇੱਕੋ ਨਿਸ਼ਾਨ ਸਾਹਿਬ ਸੀ ਡਾਕਟਰ ਰਤਨ ਸਿੰਘ ਜੱਗੀ ਨੇ ਸਿੱਖ ਪੰਥ ਵਿਸ਼ਵ ਕੋਸ਼ ਕਿਤਾਬ ਦੇ ਵਿੱਚ ਸਾਰਾ ਡਿਟੇਲ ਦੇ ਨਾਲ ਵਿਸਥਾਰ ਦੇ ਨਾਲ ਦੱਸਿਆ ਹੋਇਆ ਹੈ ਕਿ ਉਦੋਂ ਲੱਕੜੀ ਦਾ ਜੋ ਉਥੇ ਨਿਸ਼ਾਨ ਸਾਹਿਬ ਲੱਗਿਆ ਹੋਇਆ ਸੀ ਅਕਾਲ ਤਖਤ ਦੇ ਸਾਹਮਣੇ ਉਹ ਕਿਤੇ ਸਿਉਂਕ ਖਾ ਗਈ ਤੇ ਉਹ ਡਿੱਗ ਪਿਆ ਤੇ ਕੁਝ ਅਮੀਰ ਗੁਰਸਿੱਖਾਂ ਨੇ ਜਿਹੜੇ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਚੰਗੇ ਅਹੁਦੇਦਾਰ ਸਨ ਉਹਨਾਂ ਨੇ ਆਪੋ ਆਪਣੇ ਤਰੀਕੇ ਫੈਸਲਾ ਕਰ ਲਿਆ ਕਿ ਹੁਣ ਨਿਸਾਨ ਸਾਹਿਬ ਇੱਥੇ ਮੈਂ ਲਾਉਣਾ ਦੂਜਾ ਕਹਿਣ ਲੱਗਿਆ ਮੈਂ ਲਾਉਣਾ ਤੇ ਦੋਵਾਂ ਦੇ ਵਿੱਚ ਝਗੜਾ ਹੋ ਗਿਆ ਵੀ ਤੂੰ ਨਹੀਂ ਲਾਉਣਾ ਮੈਂ ਲਾਉਣਾ ਉਹ ਝਗੜਾ ਖਤਰਨਾਕ ਹੱਦ ਤੱਕ ਵੱਧ ਗਿਆ ਫਿਰ ਬਜ਼ੁਰਗਾਂ ਨੇ ਉਸ ਲੜਾਈ ਨੂੰ ਖਤਮ ਕਰਨ ਵਾਸਤੇ ਵਿਚਾਰਲਾ ਰਾਹ ਇਹ ਕੱਢਿਆ ਕਿ ਭਾਈ ਤੁਸੀਂ ਦੋ ਨਿਸ਼ਾਨ ਸਾਹਿਬ ਵੀ ਗੱਡਦੇ ਹੋ ਪਰ ਝਗੜਾ ਨਾ ਕਰੋ 1826 ਦੇ ਵਿੱਚ ਦੋ ਨਿਸ਼ਾਨ ਸਾਹਿਬ ਇੱਥੇ ਲਾਏ ਗਏ ਨੇ ਹੋਰ ਇਹਨਾਂ ਦਾ ਦੋ ਨਿਸ਼ਾਨਾਂ ਦਾ ਕੋਈ ਮਤਲਬ ਨਹੀਂ ਹੈ ਇੱਕ ਨਿਸ਼ਾਨ ਸਾਹਿਬ ਵੀ ਜਿੱਥੇ ਲਾਉਣਾ ਹੋਵੇ ਤਾਂ ਉਹ ਸਾਡਾ ਰਾਜਨੀਤਿਕ ਚਿੰਨ੍ਹ ਦਾ ਪ੍ਰਤੀਕ ਹੈ ਅੱਜ ਕਿਉਂਕਿ ਸਿੱਖਾਂ ਕੋਲੇ ਰਾਜ ਨਹੀਂ ਰਿਹਾ ਉਹਨਾਂ ਨੇ ਆਪਣੇ ਗੁਰਦੁਆਰੇ ਨੂੰ ਹੀ ਇਸ ਝੰਡੇ ਦੇ ਰਾਹੀਂ ਪ੍ਰਗਟ ਕਰਨਾ ਸ਼ੁਰੂ ਕਰ ਦਿੱਤਾ ਕਿ ਇਹ ਸਾਡਾ ਗੁਰਦੁਆਰਾ ਹੈ ਜਿਵੇਂ ਮੰਦਰ ਵਾਲੇ ਆਪਣਾ ਲਾਲ ਰੰਗ ਦਾ ਝੰਡਾ ਲਾਉਂਦੇ ਨੇ ਤੇ ਹੋਰ ਧਰਮਾਂ ਦੇ ਆਪੋ ਆਪਣੇ ਝੰਡੇ ਉਹਨਾਂ ਨੇ ਚੁਣੇ ਹੋਣਗੇ ਉਹ ਲਾਉਂਦੇ ਨੇ ਤੇ ਸਿੱਖਾਂ ਨੇ ਆਪਣਾ ਇਹ ਨਿਸ਼ਾਨ ਸਾਹਿਬ ਗੁਰਦੁਆਰੇ ਦੇ ਵਿੱਚ ਲਾ ਕੇ ਇਹ ਦੱਸਣ ਦਾ ਉਪਰੱਲਾ ਕੀਤਾ ਕਿ ਇਸ ਤਰ੍ਹਾਂ ਦਾ ਜਿੱਥੇ ਝੰਡਾ ਲੱਗਿਆ ਹੋਵੇ ਉਹ ਸਿੱਖਾਂ ਦਾ ਧਰਮ ਸਥਾਨ ਗੁਰਦੁਆਰਾ ਹੁੰਦਾ ਕਿਉਂਕਿ ਰਾਜ ਤੋਂ ਅਸੀਂ ਵਾਂਝੇ ਹੋ ਗਏ ਆ ਤੇ ਗੁਰਦੁਆਰੇ ਦੇ ਰਾਹੀ ਅਸੀਂ ਆਪਣੇ ਆਪ ਨੂੰ ਨਿਸਾਨ ਸਾਹਿਬ ਦੇ ਰਾਹੀ ਪ੍ਰਗਟ ਕਰਨ ਦਾ ਉਪਰਾਲਾ ਕਰ ਰਹੇ ਹਾਂ। ਸਵਾਲ ਨੰਬਰ 58 ਅਗਲਾ ਸਵਾਲ ਭਾਈ ਕੁਲਦੀਪ ਸਿੰਘ हिसार ਤੋਂ ਉਹ ਪੁੱਛਦੇ ਨੇ ਕਿ ਅੱਖਾਂ ਬੰਦ ਕਰਕੇ ਵਾਹਿਗੁਰੂ ਵਾਹਿਗੁਰੂ ਸਿਮਰਨ ਕਰਨਾ ਗੁਰਬਾਣੀ ਦੇ ਅਨੁਸਾਰ ਵਾਜਬ ਹੈ ਕਿ ਗੁਰੂ ਸਾਹਿਬ ਅਜਿਹਾ ਸਿਮਰਨ ਕਰਾਉਣ ਹੀ ਧਰਤੀ ਦੇ ਉੱਤੇ ਆਏ ਸਨ ਗੁਰੂ ਪਿਆਰ ਵਾਲਿਓ ਜਦੋਂ ਮਨੁੱਖ ਜੰਗ ਜੁੱਧ ਦੇ ਵਿੱਚੋਂ ਹਾਰ ਜਾਂਦਾ ਹੈ ਜਦੋਂ ਕਮਜ਼ੋਰ ਪੈ ਜਾਂਦਾ ਹੈ ਜਦੋਂ ਅਕਲ ਤੋਂ ਕਮਜ਼ੋਰ ਪੈ ਜਾਂਦਾ ਹੈ ਜਦੋਂ ਉਹਨੂੰ ਓਟ ਆਸਰਾ ਕੋਈ ਨਜ਼ਰ ਨਹੀਂ ਆਉਂਦਾ ਉਹਦਾ ਸਭ ਕੁਝ ਖੁੱਸ ਜਾਂਦਾ ਉਦੋਂ ਫਿਰ ਉਹ ਅੰਤਰ ਧਿਆਨ ਹੋਣ ਦਾ ਇੱਕ ਛਲ ਕਰਦਾ ਹੈ ਇੱਕ ਫਰੇਵ ਕਰਦਾ ਹੈ ਉਹ ਰੱਬ ਅੱਗੇ ਕੂਕਾ ਮਾਰਦਾ ਹੈ ਚੀਕਾ ਮਾਰਦਾ ਹੈ ਕਿ ਹੁਣ ਮੈਂ ਸਾਰੇ ਪਾਸਿਓਂ ਹਾਰ ਗਿਆ ਹੇ ਰੱਬ ਜੀ ਤੂੰ ਹੀ ਮੇਰੇ ਵਾਸਤੇ ਕੋਈ ਪ੍ਰਬੰਧ ਕਰ ਮੈਂ ਸੁਖੀ ਹੋ ਜਾਵਾਂ ਮੇਰੀਆਂ ਲੋੜਾਂ ਪੂਰੀਆਂ ਹੋ ਜਾਣ ਜਦੋਂ ਕਿ ਦੁਨੀਆ ਦਾ ਕੌੜਾ ਸੱਚ ਇਹ ਹੈ ਕਿ ਇਸ ਤਰ੍ਹਾਂ ਸਿਮਰਨ ਕਰਨ ਦੇ ਨਾਲ ਕਦੇ ਵੀ ਕੁਝ ਪ੍ਰਾਪਤ ਨਹੀਂ ਹੁੰਦਾ ਅੱਖਾਂ ਬੰਦ ਨਹੀਂ ਕਰੀਦੀਆਂ ਅੱਖਾਂ ਖੋਲ ਕੇ ਸਚਾਈ ਦਾ ਸਾਹਮਣਾ ਕਰਨਾ ਪੈਂਦਾ ਹੈ ਜੇ ਦੁਸ਼ਮਣ ਆ ਜਾਵੇ ਤਾਂ ਅਸੀਂ ਆਮ ਤੌਰ ਤੇ ਕਹਿ ਦਿੰਦੇ ਹਾਂ ਕਿ ਬਿੱਲੀ ਨੂੰ ਵੇਖ ਕੇ ਕਬੂਤਰ ਅੱਖਾਂ ਮਿਚ ਲੈਂਦਾ ਤਾਂ ਇਹਦੇ ਨਾਲ ਉਹਦੀ ਜਾਨ ਨਹੀਂ ਵੱਜਣਦੀ ਬਲਕਿ ਬਿੱਲੀ ਆਰਾਮ ਨਾਲ ਅੱਖਾਂ ਬੰਦ ਕੀਤੇ ਕਬੂਤਰ ਨੂੰ ਪਕੜ ਲੈਂਦੀ ਹੈ ਤੇ ਮਾਰ ਕੇ ਖਾ ਜਾਂਦੀ ਹੈ ਜਿਹੜੇ ਲੋਕਾਂ ਨੇ ਭਾਰਤ ਦੇ ਆਨੇ ਜੋਗੀਆਂ ਸਾਧਾਂ ਆਦਿਕ ਨੇ ਮੰਤਰ ਪੜਨ ਵਾਸਤੇ ਅੱਖਾਂ ਬੰਦ ਕੀਤੀਆਂ ਚੌਂਕੜੇ ਮਾਰੇ ਤੇ ਉਹ ਗੁਲਾਮ ਬਣ ਗਏ ਉਹ ਲੁੱਟੇ ਗਏ ਉਹ ਪੁੱਟੇ ਗਏ ਤੇ ਉਹਨਾਂ ਦੀਆਂ ਨੂਹਾ ਤੀਹਾ ਇਥੋਂ ਉਧਾਲ ਕੇ ਲਜਾਈਆਂ ਗਈਆਂ ਉਹਨਾਂ ਦੀ ਧਨ ਦੌਲਤ ਲੁੱਟੀ ਗਈ ਉਹਨਾਂ ਦੇ ਧਰਮ ਸਥਾਨ ਢਾਹੇ ਗਏ ਤੇ ਸਦੀਆਂ ਤੱਕ ਇਹ ਦੇਸ਼ ਗੁਲਾਮ ਰਿਹਾ ਇਹ ਉਹਨਾਂ ਲੋਕਾਂ ਦੀ ਬਦੌਲਤ ਜਿਹੜੇ ਹਿੱਕਾਂ ਢਾ ਕੇ ਸਾਹਮਣੇ ਹੋ ਕੇ ਲੜਨ ਦੀ ਥਾਂ ਤੇ ਮੈਦਾਨ ਚ ਨਿੱਤਰਨ ਦੀ ਥਾਂ ਤੇ ਕੇਵਲ ਤੇ ਕੇਵਲ ਅੱਖਾਂ ਮੀਟ ਕੇ ਚੌਂਕੜਾ ਮਾਰ ਕੇ ਬੈਠ ਗਏ ਸਿਮਰਨ ਕਰਨ ਦਾ ਢੋਂਗ ਕਰਨ ਲੱਪੇ ਤੇ ਉਹਨਾਂ ਨੂੰ ਲੱਗਣ ਲੱਪਿਆ ਕਿ ਸ਼ਾਇਦ ਇਹਦੇ ਨਾਲ ਸਾਡੀਆਂ ਕੋਈ ਸ਼ਕਤੀਆਂ ਸਾਡੇ 'ਚ ਆ ਜਾਣਗੀਆਂ ਜਾਂ ਕੋਈ ਕਰਾਮਾਤ ਵਾਪਰ ਜਾਵੇਗੀ ਤੇ ਸਾਨੂੰ ਸਾਰਾ ਕੁਝ ਖੁੱਸਿਆ ਹੋਇਆ ਉਹ ਵਾਪਸ ਮਿਲ ਜਾਵੇਗਾ। ਗੁਰੂ ਪਿਆਰ ਵਾਲਿਓ ਗੁਰੂ ਸਾਹਿਬਾਨ ਨੇ ਕਦੇ ਅੱਖਾਂ ਮੀਟ ਕੇ ਚੌਂਕਲਾ ਮਾਰ ਕੇ ਇਸ ਤਰ੍ਹਾਂ ਦਾ ਸਿਮਰਨ ਨਹੀਂ ਕੀਤਾ ਤੇ ਜੇ ਉਹਨਾਂ ਨੇ ਅਜਿਹਾ ਸਿਮਰਨ ਕਰਨਾ ਹੁੰਦਾ ਤਾਂ ਉਹ ਕਰ ਲੈਂਦੇ ਬੈਠ ਕੇ ਫਿਰ ਆਪਣੀਆਂ ਜਾਨਾਂ ਨਾ ਵਾਰਨੀਆਂ ਪੈਂਦੀਆਂ ਉਹਨਾਂ ਨੂੰ ਸ਼ਹੀਦੀਆਂ ਨਾ ਦੇਣੀਆਂ ਪੈਂਦੀਆਂ ਉਹਨਾਂ ਨੂੰ ਜੰਗ-ਯੁੱਧ ਨਾ ਲੜਨੇ ਪੈਂਦੇ ਉਹਨਾਂ ਨੂੰ ਆਪਣੇ ਪੁੱਤਰ ਅਤੇ ਹੋਰ ਸਕੇ ਸੰਬੰਧੀ ਮੌਦੇ ਮੂਹ ਚ ਨਾ ਪਾਉਣੇ ਪੈਂਦੇ ਹਜ਼ਾਰਾਂ ਦੀ ਗਿਣਤੀ ਚ ਸਿੱਖਾਂ ਨੂੰ ਆਪਣੀਆਂ ਜਾਨਾਂ ਨਾ ਵਾਰਨੀਆਂ ਪੈਂਦੀਆਂ ਲੰਮੇ ਸਮੇਂ ਤੱਕ ਘਰ ਘਾਟ ਛੱਡ ਕੇ ਜੰਗਲਾਂ ਦੇ ਵਿੱਚ ਸਿੱਖਾਂ ਨੂੰ ਵਾਸ ਨਾ ਕਰਨਾ ਪੈਂਦਾ ਭਾਈ ਤਾਰੂ ਸਿੰਘ ਭਾਈ ਮਨੀ ਸਿੰਘ ਸੁਬੇਗ ਸਿੰਘ ਸ਼ਹਾਬਾਸ਼ ਸਿੰਘ ਚਾਰ ਸਾਹਿਬ ਜਾਦੇ ਪੰਜ ਪਿਆਰੇ ਹੋਰ ਪਤਾ ਨਹੀਂ ਕਿੰਨੇ ਅਣਗਿਣਤ ਸਾਡੇ ਗੁਰੂ ਪਿਆਰ ਵਾਲੇ ਉਹਨਾਂ ਨੂੰ ਜੇ ਸਿਮਰਨ ਦੇ ਵਿੱਚ ਅਜਿਹੀ ਕੋਈ ਤਾਕਤ ਹੁੰਦੀ ਤਾਂ ਫਿਰ ਉਹਨਾਂ ਨੂੰ ਆਪਣੀਆਂ ਜਾਨਾਂ ਨਾ ਵਾਰਨੀਆਂ ਪੈਂਦੀਆਂ ਦੁਸ਼ਮਣ ਦੇ ਦੰਦ ਖੱਟੇ ਕਰਨ ਦੇ ਜ਼ਾਲਮਾਂ ਨੂੰ ਉਹ ਕਰਾਰੀ ਸਜ਼ਾ ਦੇ ਦਿੰਦੇ ਆਪਣੀ ਸਿਮਰਨ ਦੀ ਸ਼ਕਤੀ ਨਾਲ ਪਰ ਅਜਿਹਾ ਕੁਝ ਵੀ ਨਹੀਂ ਹੁੰਦਾ ਬੰਦਾ ਸਿੰਘ ਬਹਾਦਰ ਹਿੱਕ ਢਾਕੇ ਲੜਿਆ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਸਿਆਣਪ ਅਤੇ ਆਪਣੀ ਤਾਕਤ ਦੇ ਨਾਲ ਸਿੱਖਾਂ ਨੂੰ ਮਹਾਰਾਜੇ ਬਣਾ ਦਿੱਤਾ ਰਾਜਪਾਟ ਸਿੱਖ ਸਮਾਜ ਦੇ ਹਵਾਲੇ ਕਰ ਦਿੱਤਾ ਤੇ ਸਿੱਖਾਂ ਨੂੰ ਦੁਨੀਆ ਦੇ ਵਿੱਚ ਇੱਕ ਵੱਖਰੀ ਪਛਾਣ ਦੇ ਦਿੱਤੀ ਤੇ ਇਹਨਾਂ ਨੂੰ ਸਬਿਹਮਾਨ ਨਾਲ ਜਿਉਣ ਦਾ ਢੰਗ ਤਰੀਕਾ ਦੇ ਦਿੱਤਾ ਉਹਨਾਂ ਸਮੇਂ 'ਚ ਹਿੰਦੂ ਵੀ ਅੰਗਰੇਜ਼ ਵੀ ਅਤੇ ਮੁਸਲਮਾਨ ਵੀ ਸਿੱਖਾਂ ਦੇ ਨੌਕਰ ਸਨ ਤੇ ਸਿੱਖ ਰਣਜੀਤ ਸਿੰਘ ਦੇ ਟਾਈਮ ਤੇ ਉਹ ਮਾਲਕ ਸਨ ਮਰਜੀ ਸਿੱਖਾਂ ਦੀ ਚੱਲਦੀ ਸੀ ਗੁਰਪਿਆਰ ਵਾਲਿਓ ਇਹ ਮੰਤਰ ਜਾਪਾ ਨਾਲ ਕੁਝ ਨਹੀਂ ਹੋਇਆ ਕਰਦਾ ਅਕਲ ਦੇ ਨਾਲ ਅਤੇ ਹਿੰਮਤ ਦੇ ਨਾਲ ਸਿਆਣਪ ਦੇ ਨਾਲ ਅਤੇ ਤਾਕਤ ਦੇ ਨਾਲ ਇਹ ਸਾਰੇ ਕੰਮ ਹੋਇਆ ਕਰਦੇ ਨੇ ਸਿਮਰਨ ਕਰਦੇ ਆ ਕਰਦੇ ਆ ਅਸੀਂ ਅੱਜ ਕਿੱਥੇ ਨਿੱਗਰ ਗਏ ਆ ਕਿੱਥੇ ਡਿੱਗ ਪਏ ਆ ਕੀ ਸਾਡੀ ਸਿੱਖਾਂ ਦੀ ਹਾਲਤ ਹੋ ਗਈ ਹੈ ਜਿੱਥੇ ਰਾਜਨੀਤਿਕ ਤੌਰ ਤੇ ਅਸੀਂ ਬੁਰੀ ਤਰ੍ਹਾਂ ਕਮਜ਼ੋਰ ਪੈ ਗਏ ਸੀ ਉਤੇ ਅਕਲ ਵੱਲੋਂ ਵੀ ਅਸੀਂ ਪੂਰੀ ਤਰ੍ਹਾਂ ਨਾ ਸਮਝ ਅਤੇ ਮੂਰਖ ਬਣ ਚੁੱਕੇ ਹੋਏ ਆਂ ਹੋਰ ਤੇ ਹੋਰ ਸਾਨੂੰ ਵੱਡਾ ਗਿਆਨ ਕੀ ਹੋਣਾ ਸੀ ਸਾਨੂੰ ਆਮ ਸਿੱਖਾਂ ਨੂੰ ਤੇ ਗੁਰਬਾਣੀ ਦਾ ਵੀ ਗਿਆਨ ਨਹੀਂ ਹੈ ਗੁਰਬਾਣੀ ਤੋਂ ਵੀ ਅਸੀਂ ਵਾਂਝੇ ਹੋ ਗਏ ਬਸ ਕੇਵਲ ਅੱਖਾਂ ਮੀਟੋ ਵਾਗ ਰੁਵਾਗ ਰੁ ਕਰੋ ਸਾਡੀਆਂ ਸਟੇਜਾਂ ਦੇ ਉੱਤੇ ਇਹੋ ਕੁਝ ਸੁਣਨ ਨੂੰ ਮਿਲਦਾ ਜਿਹਦਾ ਨਤੀਜਾ ਅੱਜ ਸਿੱਖ ਕਿੱਥੇ ਨਿਗਾਰ ਦੇ ਵਿੱਚ ਚਲੇ ਗਏ ਨੇ ਇਹ ਤੁਸੀਂ ਵੇਖ ਰਹੇ ਹੋ ਕਿਸੇ ਵੀ ਕੰਮ ਦਾ ਜਿਹੜਾ ਅਸੀਂ ਕਰ ਰਹੇ ਆਂ ਉਦੀ ਆਉਟਪੁੱਟ ਸਾਹਮਣੇ ਲਿਆਓ ਇੱਕ ਇਨਸਾਨ ਖੇਤੀ ਕਰਦਾ ਜੇ ਉਹ ਖੇਤ ਦੇ ਵਿੱਚੋਂ ਮਿਹਨਤ ਕਰਨ ਤੋਂ ਬਾਅਦ ਕੋਈ ਅੰਨ ਦਾਣਾ ਆਪਣੇ ਘਰ ਲੈ ਕੇ ਨਹੀਂ ਆਉਂਦਾ ਤਾਂ ਉਹਦਾ ਖੇਤੀ ਕਰਨਾ ਬੇਕਾਰ ਹੈ ਇਹਦਾ ਮਤਲਬ ਮੂਰਖ ਹੈ ਉਹਨੂੰ ਖੇਤੀ ਕਰਨੀ ਨਹੀਂ ਆਈ ਹੋਰ ਸਾਰੇ ਕੰਮ ਜਿਹੜੇ ਵੀ ਅਸੀਂ ਕਰਨ ਦਾ ਦਾਵਾ ਕਰਦੇ ਹਾਂ ਜੇ ਕਿਤੇ ਉਹਨਾਂ ਦੀ ਕੋਈ ਆਉਟਪੁੱਟ ਨਹੀਂ ਹੈ ਤਾਂ ਫਿਰ ਉਹ ਬੇਕਾਰ ਹੈ ਕਿਉਂਕਿ ਉਹਦੀ ਪ੍ਰਾਪਤੀ ਕੋਈ ਨਹੀਂ ਹੋਈ ਜੇ ਸਿਮਰਨ ਦੇ ਵਿੱਚੋਂ ਕੋਈ ਪ੍ਰਾਪਤੀ ਨਹੀਂ ਹੋਈ ਤਾਂ ਫਿਰ ਇਹ ਮੂਰਖਤਾ ਭਰਿਆ ਕੰਮ ਹੈ ਜਾਂ ਤਾਂ ਸਿਮਰਨ ਕਰਨ ਵਾਲੇ ਸਾਨੂੰ ਇਹਦੀ ਕੋਈ ਪ੍ਰਾਪਤੀ ਕਰਕੇ ਵਿਖਾ ਦੇਣ ਉਹ ਅੰਦਰ ਦੀਆਂ ਅੰਦਰ ਦੀਆਂ ਤੇ ਗੱਲਾਂ ਬਹੁਤ ਕਰੀਆਂ ਜਾਂਦੀਆਂ ਨੇ ਜਿਹੜੇ ਕਿ ਗੱਪਾਂ ਮਾਰ ਰਹੇ ਹੁੰਦੇ ਨੇ ਅਸਲ 'ਚ ਉਹ ਹੌਸਲਾ ਹੀਣ ਹੋਏ ਹੁੰਦੇ ਨੇ ਹਾਰੇ ਹੋਏ ਹੁੰਦੇ ਨੇ ਕੋਈ ਕੰਮ ਕਰਨ ਦੀ ਉਹਨਾਂ 'ਚ ਸਮਰੱਥਾ ਯੋਗਤਾ ਨਹੀਂ ਹੁੰਦੀ ਬਸ ਜਾਂ ਤੇ ਅਗਲੇ ਜਨਮ ਦੀਆਂ ਗੱਲਾਂ ਕਰਨਗੇ ਜਾਂ ਫਿਰ ਅੰਦਰ ਆਤਮਿਕ ਆਨੰਦ ਦੀਆਂ ਗੱਲਾਂ ਕਰਨਗੇ ਅਗਮ ਨਿਗਮ ਦੀਆਂ ਗੱਲਾਂ ਕਰਨਗੇ ਜਿਹੜੇ ਕਿ ਕੇਵਲ ਸੁਪਨੇ ਹੁੰਦੇ ਨੇ ਬਣਾਵਟੀ ਗੱਲਾਂ ਹੁੰਦੀਆਂ ਨੇ ਅਸਲੀਅਤ ਉਹਦੇ ਵਿੱਚ ਕੁਝ ਵੀ ਨਹੀਂ ਹੁੰਦੀ ਅਸੀਂ ਗੁਰਬਾਣੀ ਪੜ੍ਹਨੀ ਹੈ ਜ਼ਿੰਦਗੀ 'ਚ ਲਾਗੂ ਕਰਨੀ ਹੈ ਹੋਰ ਵੀ ਬਹੁਤ ਸਾਰਾ ਗਿਆਨ ਆਪਾਂ ਲੈਣਾ ਹੈ ਹਿੰਮਤੀ ਉਦਮੀ ਬਣਨਾ ਹੈ ਤਾਂ ਕਿ ਆਪਣੇ ਲੋਕਾਂ ਦਾ ਆਪਣੇ ਪਰਿਵਾਰ ਦਾ ਆਪਣੇ ਸਮਾਜ ਦਾ ਕੋਈ ਭਲਾ ਕਰ ਸਕੀਏ ਤਾਂ ਕਿ ਅਸੀਂ ਵੀ ਕਹਿ ਸਕੀਏ ਕਿ ਅਸੀਂ ਵੀ ਚੰਗੇ ਉੱਚੇ ਦਰਜੇ ਵਾਲੇ ਇਨਸਾਨ ਹਾਂ ਸਵਾਲ ਨੰਬਰ 59 ਭਾਈ 모ਹਨ ਸਿੰਘ ਪਿੰਡ ਰਾਏਪੁਰ ਇਹਨਾਂ ਦਾ ਸਵਾਲ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਕਿੰਨੀਆਂ ਰਾਣੀਆਂ ਸਤੀ ਹੋਈਆਂ ਸਨ ਗੁਰੂ ਪਿਆਰ ਵਾਲਿਓ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਕਿੰਨੀਆਂ ਔਰਤਾਂ ਰਾਣੀਆਂ ਸਤੀ ਹੋਈਆਂ ਸਨ ਸਾਰੇ ਦੇ ਸਾਰੇ ਇਤਿਹਾਸਕਾਰ ਆਪਸ ਦੇ ਵਿੱਚ ਮਤਭੇਦ ਰੱਖਦੇ ਨੇ ਸਾਰਿਆਂ ਦੀ ਇੱਕ رائے ਨਹੀਂ ਹੈ ਕਿਸੇ ਨੇ ਕਿੰਨੀਆਂ ਕਿਸੇ ਨੇ ਕਿੰਨੀਆਂ ਲਿਖਿਆ ਇੱਕ ਗੱਲ ਸਾਨੂੰ ਸਾਰਿਆਂ ਨੂੰ ਸਾਹਮਣੇ ਰੱਖਣੀ ਚਾਹੀਦੀ ਹੈ ਕਿ ਜਿਹੜਾ ਅਸਲੀ ਰਿਕਾਰਡ ਅਸਲੀ ਇਤਿਹਾਸ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਾਲਾ ਹੋਵੇ ਉਹ ਸਾਡੇ ਕੋਲੇ ਅੱਜ ਨਹੀਂ ਮਿਲਦਾ ਤੇ ਅਸੀਂ ਇਹ ਸੋਚੀਏ ਕਿ ਰਣਜੀਤ ਸਿੰਘ ਨੂੰ ਬਦਨਾਮ ਕਰਨ ਤੋਂ ਕਿਵੇਂ ਬਚਾਇਆ ਜਾਵੇ ਤੇ ਉਹਦਾ ਮਾਨ ਸਨਮਾਨ ਕਿਵੇਂ ਬਹਾਲ ਕੀਤਾ ਜਾਵੇ ਇਹ ਘੱਟ ਤੋਂ ਘੱਟ ਧਿਆਨ ਹੈ ਸਾਡੇ ਲਿਖਾਰੀਆਂ ਦਾ ਤੇ ਬੁਲਾਰਿਆਂ ਦਾ ਰਣਜੀਤ ਸਿੰਘ ਨੇ ਜਿਨ੍ਹਾਂ ਨੇ ਸਾਡੇ ਤੇ ਇੰਨਾ ਪਰਉਪਕਾਰ ਕੀਤਾ ਕਿ ਮਿਸਲਾਂ ਨੂੰ ਲੜਨ ਵਾਲਿਆਂ ਨੂੰ ਇੱਕ ਦੂਜੇ ਨੂੰ ਕਤਲ ਕਰਨ ਵਾਲਿਆਂ ਨੂੰ ਇਕੱਠੇ ਕਰਕੇ ਇੱਕ ਵੱਡੀ ਤਾਕਤ ਬਣਾ ਲਈ ਤੇ ਰਾਜ ਕਾਇਮ ਕਰ ਲਿਆ ਸਿੱਖਾਂ ਨੂੰ ਜੰਗਲਾਂ 'ਚ ਰੁਲਦਿਆਂ ਨੂੰ ਸਿਰਾਂ ਦੇ ਮੁੱਲ ਪਿਆ ਨੂੰ ਸੋਹਣੇ ਮਹਿਲਾਂ ਦੇ ਵਿੱਚ ਬਸਣ ਯੋਗੇ ਕਰ ਦਿੱਤਾ ਸਿੱਖਾਂ ਨੂੰ ਘਰ ਘਾਟ ਉਜੜੇ ਹੋਏ ਲੋਕਾਂ ਨੂੰ ਉਹਨਾਂ ਨੂੰ ਜ਼ਿੰਮੇਵਾਰ ਬਣਾ ਦਿੱਤਾ ਭਾਵੇਂ ਕਿ ਜ਼ਮੀਨਾਂ ਦੇ ਮਾਲਕ ਬਣਾ ਦਿੱਤਾ ਸਿੱਖਾਂ ਨੂੰ ਅਨੇਕਾਂ ਦੁਸ਼ਵਾਰੀਆਂ ਚੋਂ ਕੱਢ ਕੇ ਉਹਨਾਂ ਨੂੰ ਦੇਸ਼ ਦੇ ਬਾਦਸ਼ਾਹ ਬਣਾ ਦਿੱਤਾ ਤੇ ਇੱਥੇ ਹਿੰਦੂ ਅਤੇ ਮੁਸਲਮਾਨ ਅੰਗਰੇਜ਼ ਸਿੱਖਾਂ ਦੇ ਨੌਕਰ ਲੱਗ ਕੇ ਕੰਮ ਕਰਦੇ ਸਨ ਉਹ ਸਿੱਖਾਂ ਦੇ ਮਾਲਕ ਨਹੀਂ ਸਨ ਮਾਲਕ ਉਸ ਵਕਤ ਸਿੱਖ ਸਨ ਇਹ ਵੀ ਯਾਦ ਰੱਖੇ ਸਾਰਿਆਂ ਨੂੰ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਸਿੱਖਾਂ ਦੀ ਆਬਾਦੀ ਪੰਜਾਬ ਦੇ ਵਿੱਚ ਕੇਵਲ ਤੇ ਕੇਵਲ 6% ਸੀ 70% ਆਬਾਦੀ ਹਿੰਦੂਆਂ ਦੀ 24% ਆਬਾਦੀ ਮੁਸਲਮਾਨਾਂ ਦੀ 6% ਆਬਾਦੀ ਸਿੱਖਾਂ ਦੀ ਇਸ ਮਹਾਨ ਸਿਆਣਪ ਅਤੇ ਬਹਾਦਰੀ ਅੱਗੇ ਸਾਡਾ ਸਿਰ ਝੁਕਣਾ ਚਾਹੀਦਾ ਸੀ ਕਿ ਏਡੀ ਵੱਡੀ 94% ਆਬਾਦੀ ਤੇ 6% ਗਿਣਤੀ ਵਾਲਿਆਂ ਨੇ ਰਾਜ ਕਾਇਮ ਕਰ ਲਿਆ ਉਹਨਾਂ ਮੰਦੇ ਹਾਲਾਤਾਂ ਚ ਜਦੋਂ ਇਸ ਗੱਲ ਦਾ ਸੁਪਨਾ ਵੀ ਲਿਆ ਨਹੀਂ ਸੀ ਜਾ ਸਕਦਾ ਰਣਜੀਤ ਸਿੰਘ ਨੇ ਆਪਣੀ ਸਿਆਣਪ ਵਰਕੇ ਏਡੇ ਵੱਡੇ ਕੰਮ ਕੀਤੇ ਉਹਨਾਂ ਸਾਰੀਆਂ ਬਹਾਦਰੀ ਅਤੇ ਸਿਆਣਵ ਵਾਲੀਆਂ ਗੱਲਾਂ ਨੂੰ ਭੁਲਾ ਕੇ ਮਿੱਟੀ 'ਚ ਰੋਲ ਦਿੱਤਾ ਬਸ ਇਹੋ ਹੀ ਗੱਲਾਂ ਪ੍ਰਚਾਰ ਦਿੱਤੀਆਂ ਕਿ ਉਹ ਤਾਂ ਮੋਰਾ ਦੇ ਨਾਲ ਉਹਨੇ ਵਿਆਹ ਕਰਾ ਲਿਆ ਉਹਨੇ ਤਾਂ ਇੰਨੀਆਂ ਸਾਰੀਆਂ ਰਾਣੀਆਂ ਖੋਲ ਰੱਖੀਆਂ ਹੋਈਆਂ ਸੀ ਜਾਂ ਉਹਨੇ ਦੇ ਨਾਲ ਕੁਝ ਔਰਤਾਂ ਸਤੀ ਹੋ ਗਈਆਂ ਹੋ ਸਕਦਾ ਇਹਨਾਂ ਦੇ ਵਿੱਚੋਂ ਕੁਝ ਇੱਕ ਗੱਲਾਂ ਸੱਚੀਆਂ ਹੋਣ ਪਰ ਜਿੰਨੇ ਵੱਡੇ ਕਾਰਜ ਰਣਜੀਤ ਸਿੰਘ ਨੇ ਕੀਤੇ ਨੇ ਉਹਨਾਂ ਨੂੰ ਭੁਲਾਇਆ ਜਾਣਾ ਸਾਡੇ ਵਾਸਤੇ ਬਹੁਤ ਔਖਾ ਹੈ ਜੇ ਅਸੀਂ ਥੋੜੀ ਬਹੁਤੀ ਵੀ ਸੂਝ-ਬੂਝ ਰੱਖਦੇ ਹਾਂ ਉਹਦੇ ਪਰਉਪਕਾਰਾਂ ਨੂੰ ਵੱਡੀਆਂ ਕੀਤੀਆਂ ਕਾਰਵਾਈਆਂ ਨੂੰ ਵੱਡੀਆਂ ਬਹਾਦਰੀਆਂ ਨੂੰ ਉਹਨੂੰ ਯਾਦ ਕਰੀਏ ਨਾ ਕਿ ਨਿੱਕੀਆਂ-ਨਿੱਕੀਆਂ ਗੱਲਾਂ ਕਰਕੇ ਉਹਨੂੰ ਬਦਨਾਮ ਕਰੀਏ ਇਹ ਵੀ ਧਿਆਨ ਰਵੇ ਕਿ ਮਾਲਵੇ ਦੇ ਵਿੱਚ ਜਿਹੜੇ ਰਾਜੇ ਸਨ ਪਟਿਆਲਾ ਨਾਭਾ ਜੀਂਦ ਕੈਥਲ ਸੰਗਰੂਰ ਅਤੇ ਹੋਰ ਜਿਹੜੇ ਫਰੀਦਕੋਟ ਵਗੈਰਾ ਦੇ ਰਾਜੇ ਸੀ ਇਹਨਾਂ ਨੇ ਕਿੰਨੇ ਕਿੰਨੇ ਵਿਆਹ ਕਰਾਏ ਸੀ ਕਿੰਨੇ ਕਿੰਨੇ ਮਾੜੇ ਕੰਮ ਕੀਤੇ ਉਹ ਕਦੀ ਵੀ ਯਾਦ ਨਹੀਂ ਕੀਤੇ ਜਾਂਦੇ ਇਹਨਾਂ ਨੇ ਸਿੱਖਾਂ ਦੇ ਹੱਕ 'ਚ ਕੀ ਕੀਤਾ ਸੀ ਕਦੇ ਵੀ ਜ਼ਿਕਰ ਨਹੀਂ ਕੀਤਾ ਜਾਂਦਾ ਇਹ ਤਾਂ ਸਗੋਂ ਅੰਗਰੇਜ਼ਾਂ ਦੇ ਆਪ ਪੈਰੀਂ ਪੈ ਗਏ ਸੀ ਆਪ ਗੁਲਾਮੀ ਸਵੀਕਾਰ ਕਰ ਲਈ ਸੀ ਇਹ ਸਾਨੂੰ ਭੁੱਲ ਗਿਆ ਜਿਹੜਾ ਸਾਡਾ ਯੋਧਾ ਬੰਦਾ ਸਿੰਘ ਬਹਾਦਰ ਅਤੇ ਮਹਾਰਾਜਾ ਰਣਜੀਤ ਸਿੰਘ ਸਿੱਖਾਂ ਨੂੰ ਫਖਰ ਨਾਲ ਜਿਉਣ ਵਾਸਤੇ ਵੱਡੇ ਕਾਰਨਾਮੇ ਕਰਕੇ ਗਿਆ ਦੁਨੀਆ 'ਚ ਸਾਡਾ ਨਾਮ ਰੌਸ਼ਨ ਕਰਕੇ ਗਿਆ ਤੇ ਉਹਨੂੰ ਬਦਨਾਮ ਕੀਤਾ ਜਾ ਰਿਹਾ ਹੈ ਭਲਾਇਆ ਜਾ ਰਿਹਾ ਹੈ ਇਹ ਛੋਟੀਆਂ ਗੱਲਾਂ ਦੇ ਵੱਲ ਬਹੁਤਾ ਧਿਆਨ ਦੇਣ ਦੀ ਲੋੜ ਨਹੀਂ ਗੁਰੂ ਪਿਆਰ ਵਾਲਿਓ ਉਹਨਾਂ ਜ਼ਮਾਨਿਆਂ 'ਚ ਕੀ ਹਾਲਾਤ ਸਨ ਹੋ ਸਕਦਾ ਹੈ ਉਹਨਾਂ ਜ਼ਮਾਨਿਆਂ 'ਚ ਸਤੀ ਕਰ ਦੇਣਾ ਇੱਕ ਆਮ ਪ੍ਰਥਾ ਹੋਵੇ ਤੇ ਰਣਜੀਤ ਸਿੰਘ ਦੇ ਪਰਿਵਾਰ ਦਾ ਇਹਨਾਂ ਕੰਟਰੋਲ ਵੀ ਸਾਰਿਆਂ ਤੇ ਨਾ ਹੋਵੇ ਜਿਹੜੇ ਉਹਨਾਂ ਦੇ ਜਰਨਲ ਨੇ ਆਪ ਉਹਧਰੀਆਂ ਵੀ ਕਰਦੇ ਹੁਣ ਰਣਜੀਤ ਸਿੰਘ ਦੇ ਮਰਨ ਤੋਂ ਬਾਅਦ ਇਹ ਸਾਰੀਆਂ ਗੱਲਾਂ ਖੋਜ ਦਾ ਵਿਸ਼ਾ ਨੇ ਪਰ ਰਣਜੀਤ ਸਿੰਘ ਦੇ અપਮਾਨ ਕਰਕੇ ਅਸੀਂ ਸਾਰੀ ਸਿੱਖ ਕੌਮ ਦਾ ਆਪ ਹੀ अपमान ਕਰ ਰਹੇ ਆ ਕਦੀ ਕੋਈ ਕਹਿੰਦਾ ਉਹਨੇ ਧਰਮ ਪ੍ਰਚਾਰ ਕਿਉਂ ਨਹੀਂ ਕੀਤਾ ਕੋਈ ਕਹਿੰਦਾ ਉਹਨੇ ਗੁਰਦੁਆਰੇ ਕਿਉਂ ਬਣਾਤੇ ਕੋਈ ਕਹਿੰਦਾ ਉਹਨੇ ਭਾਈ ਕਿਉਂ ਰੱਖਤੇ ਗੁਰੂ ਪਿਆਰ ਵਾਲਿਓ ਕਦੀ ਛੋਟਾ ਮੋਟਾ ਚੰਗਾ ਕੰਮ ਕਰਕੇ ਕੌਮ ਵਾਸਤੇ ਵਿਖਾਓ ਫਿਰ ਏਡੇ ਵੱਡੇ ਕੰਮ ਕਰਨ ਵਾਲੇ ਨੂੰ ਬਾਅਦ ਦੇ ਵਿੱਚ ਤੁਸੀਂ ਇਹੋ ਜੀਆਂ ਟਿੱਪਣੀਆਂ ਕਰਿਓ ਪਹਿਲਾਂ ਆਪ ਕੁਝ ਆਪਾਂ ਕਰਕੇ ਵਿਖਾਈਏ ਸਵਾਲ ਨੰਬਰ 60 ਇਹ ਵੀ ਭਾਈ ਮੋਹਨ ਸਿੰਘ ਦਾ ਹੀ ਹੈ ਜਿਨ੍ਹਾਂ ਦਾ ਪਿੰਡ ਰਾਏਪੁਰ ਹੈ ਇਹਨਾਂ ਨੇ ਸਵਾਲ ਕੀਤਾ ਕਿ 5ਵੇਂ 6ਵੇਂ 8ਵੇਂ 9ਵੇਂ ਅਤੇ 10ਵੇਂ ਗੁਰੂ ਜੀ ਨੂੰ ਸ਼ਹੀਦ ਕੀਤਾ ਗਿਆ ਕੀ ਗੁਰੂ ਨਾਨਕ ਸਾਹਿਬ ਨੂੰ ਵੀ ਸ਼ਹੀਦ ਕੀਤਾ ਗਿਆ ਸੀ ਇਹ ਬਹੁਤ ਖੋਜ ਦਾ ਵਿਸ਼ਾ ਹੈ ਸਾਨੂੰ ਬਹੁਤ ਕੁਝ ਅਜੇ ਪੜ੍ਹਨਾ ਵਿਚਾਰਨਾ ਅਤੇ ਸੋਚਣਾ ਪਵੇਗਾ ਮੈਂ ਬੇਨਤੀ ਕਰਨੀ ਚਾਹੁੰਦਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਜੋ ਢੰਗ ਤਰੀਕਾ ਉਹਨਾਂ ਦੇ ਅਕਾਲ ਚਲਾਣੇ ਦਾ ਸਾਨੂੰ ਦੱਸਿਆ ਗਿਆ ਹੈ ਸਾਖੀਆਂ ਦੇ ਵਿੱਚ ਬਿਆਨ ਹੈ ਸਟੇਜਾਂ ਦੇ ਉੱਤੇ ਬੋਲਿਆ ਜਾਂਦਾ ਹੈ ਉਹ ਗੈਰ ਕੁਦਰਤੀ ਢੰਗ ਦਰਸਾਇਆ ਗਿਆ ਕਿਉਂਕਿ ਉਹਨਾਂ ਦੀ ਦੇਹ ਨਾ ਮਿਲਣੀ ਇਹ ਅਲੌਕਿਕ ਘਟਨਾ ਬਿਆਨ ਕਰ ਦੇਣੀ ਅਤੇ ਉੱਥੋਂ ਚਾਦਰ ਦੇ ਥੱਲਿਓਂ ਫੁੱਲ ਨਿਕਲ ਆਉਣੇ ਤੇ ਫਿਰ ਮੁਸਲਮਾਨਾਂ ਅਤੇ ਹਿੰਦੂਆਂ ਨੇ ਚਾਦਰ ਅੱਧੀ ਅੱਧੀ ਵੰਡ ਲੈਣੀ ਪਾੜ ਲੈਣੀ ਤੇ ਹਿੰਦੂਆਂ ਨੇ ਆਪਣੀ ਮੜੀ ਬਣਾ ਦੇਣੀ ਤੇ ਮੁਸਲਮਾਨਾਂ ਨੇ ਉਹਦੀ ਕਬਰ ਬਣਾ ਦੇਣੀ ਇਹ ਸਾਰੀਆਂ ਹਾਸੋ ਹੁਣੀਆ ਗੱਲਾਂ ਨੇ ਗੁਰੂ ਪਿਆਰ ਵਾਲਿਓ ਕਿਸੇ ਵੀ ਚਲਾਣਾ ਕਰ ਗਏ ਪ੍ਰਾਣੀ ਦੀ ਦੇਹ ਦੇ ਉੱਤੇ ਉਹਦੇ ਪਰਿਵਾਰ ਦਾ ਹੱਕ ਹੁੰਦਾ ਜਿਵੇਂ ਦਿਲ ਕਰੇ ਉਹ ਉਹਦਾ ਸੰਸਕਾਰ ਕਰਨ ਜਾਂ ਫਿਰ ਉਹਦੇ ਸ਼ਰੀਕਾ ਕਬੀਲਾ ਅਤੇ ਗੁਰੂ ਨਾਨਕ ਸਾਹਿਬ ਦੇ ਤਾਂ ਸਰਤਾਲੂਆਂ ਦਾ ਅੰਤ ਹਿਸਾਬ ਕੋਈ ਨਹੀਂ ਸੀ ਉਹਨਾਂ ਦੇ ਸਰਤਾਲੂ ਸੇਵਕਾਂ ਨੇ ਉਹਦਾ ਅੰਤਮ ਸੰਸਕਾਰ ਕਰਨਾ ਸੀ ਪਰ ਇਹਨਾਂ ਗੱਲਾਂ ਨੂੰ ਭੁਲਾ ਦਿੱਤਾ ਗਿਆ ਬਸ ਇਹ ਚਾਦਰ ਦੇ ਥੱਲਿਓਂ ਫੁੱਲ ਨਿਕਲ ਆਏ ਤੇ ਦੇਹ ਨਹੀਂ ਮਿਲੀ ਇਹ ਗੱਲ ਸਾਡੇ ਮਨਾਂ 'ਚ ਪਾ ਦਿੱਤੀ ਕੀ ਇਹ ਹਾਸੋ ਹੀ ਨਹੀਂ ਗੱਲ ਨਹੀਂ ਜਿਹੜੀ ਕਿ ਸਟੇਜਾਂ ਤੇ ਸੁਣਾਈ ਜਾ ਰਹੀ ਹੈ ਕਦੇ ਇਸ ਤਰ੍ਹਾਂ ਅਕਾਲ ਚਲਾਣਾ ਕਰ ਚੁੱਕੀ ਦੇ ਕਦੇ ਉਡਾਰੀ ਮਾਰ ਕੇ ਕਿਤੇ ਚਲੀ ਜਾਵੇਗੀ ਇਹਦੇ ਪਿੱਛੇ ਕੋਈ ਨਾ ਕੋਈ ਦੁਸ਼ਮਣਾਂ ਦੀ ਸਾਜ਼ਿਸ਼ ਹੋ ਸਕਦੀ ਹੈ ਜੇ ਇਸ ਤਰ੍ਹਾਂ ਵਾਪਰੇ ਆ ਪਰ ਸੋਚਣ ਵਾਲੀ ਗੱਲ ਹੈ ਕਿ ਦੇਹ ਕਦੇ ਇਸ ਤਰ੍ਹਾਂ ਉਡਾਰੀਆਂ ਮਾਰ ਕੇ ਕਿਤੇ ਵੀ ਨਹੀਂ ਜਾਂਦੀ ਮੈਂ ਹੋਰ ਅੱਗੇ ਤੁਰਨਾ ਚਾਹੁੰਨਾ ਆਪਣੀਆਂ ਕਿਤਾਬਾਂ ਦੇ ਵਿੱਚ ਵੀ ਇਹਨਾਂ ਗੱਲਾਂ ਦਾ ਮੈਂ ਜ਼ਿਕਰ ਕੀਤਾ ਹੈ ਦੂਸਰੇ ਪਾਤਸ਼ਾਹ ਦਾ ਜੋਤੀ ਜੋਤ ਸਮਾਉਣਾ ਕੋਈ ਉਹਨਾਂ ਦੀ ਬਿਮਾਰੀ ਦਾ ਜ਼ਿਕਰ ਨਹੀਂ ਕਰਦਾ ਤੀਸਰੇ ਪਾਤਸ਼ਾਹ ਬਾਰੇ ਮੰਨ ਲੈਨੇ ਆ ਉਹਨਾਂ ਦੀ ਉਮਰ ਬਡੇਰੀ ਸੀ ਤੇ ਚੌਥੇ ਪਾਤਸ਼ਾਹ ਵੀ ਅਚਨਚੇਤੀ 48 ਸਾਲ ਦੀ ਉਮਰ ਦੇ ਵਿੱਚ ਜੋਤੀ ਜੋ ਸਮਾ ਜਾਂਦੇ ਨੇ ਉਹਨਾਂ ਦੀ ਅਕਾਲ ਚਲਾਣੇ ਦਾ ਕਾਰਨ ਬਿਮਾਰੀ ਆਦਿਕ ਨਹੀਂ ਲੱਭਦਾ ਪੰਜਵੇਂ ਪਾਤਸ਼ਾਹ ਬਾਰੇ ਸਾਨੂੰ ਪਤਾ ਹੈ ਕਿ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਛੇਵੇਂ ਪਾਤਸ਼ਾਹ 49 ਸਾਲ ਦੀ ਉਮਰ ਦੇ ਵਿੱਚ ਇਹਨੇ ਸਿਹਤਬੰਦ ਹੋਣ ਦੇ ਬਾਵਜੂਦ ਅਚਨਚੇਤੀ ਕਮਰੇ 'ਚ ਵੜ ਗਏ ਕਮਰਾ ਬੰਦ ਕਰ ਲਿਆ ਤੇ ਵਿੱਚ ਹੀ ਜੋਤੀ ਜੋ ਸਮਾ ਗਏ ਇਹ ਪ੍ਰਚਾਰਿਆ ਗਿਆ ਤੇ 7ਵੇਂ ਪਾਤਸ਼ਾਹ ਕੇਵਲ 31 ਸਾਲ ਦੀ ਉਮਰ ਦੇ ਵਿੱਚ ਅਚਨਚੇਤੀ ਜੋਤੀ ਜੋ ਸਮਾ ਗਏ ਕਿਸੇ ਬਿਮਾਰੀ ਦਾ ਕੋਈ ਜ਼ਿਕਰ ਕਿਤੇ ਨਹੀਂ ਮਿਲਦਾ 8ਵੇਂ ਪਾਤਸ਼ਾਹ ਨੂੰ ਵੀ ਲੋਕਾਂ ਦੇ ਰੋਗ ਆਪਣੇ ਸਰੀਰ ਤੇ ਲੈ ਲੇ ਤਾਂ ਉਹ ਜੋਤੀ ਜੋ ਸਮਾ ਗਏ ਗੁਰੂ ਪੈਰ ਵਾਲੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਹੋ ਸਕਦਾ ਹੈ ਔਰਿੰਜੇਬ ਦੇ ਬੰਦਿਆਂ ਵੱਲੋਂ ਉਹਨਾਂ ਨੂੰ ਕੋਈ ਜ਼ਹਿਰੀਲਾ ਪਦਾਰਥ ਪਿਆਇਆ ਗਿਆ ਜਿਹਦੇ ਕਾਰਨ ਉਹ ਜੋਤੀ ਜੋਤ ਸਮਾਏ ਨੇ ਭਾਵ ਕੇ ਉਹਨਾਂ ਦੀ ਸ਼ਹੀਦੀ ਹੋਈ ਹੈ ਨੌਵੇਂ ਪਾਤਸ਼ਾਹ ਦਾ ਆਪਾਂ ਨੂੰ ਪਤਾ ਹੈ ਕਿ ਉਹ ਸ਼ਹੀਦ ਹੋਏ ਨੇ ਦਸਵੇਂ ਪਾਤਸ਼ਾਹ ਬਾਰੇ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਉਹਨਾਂ ਤੇ ਮਾਰੂ ਹਮਲਾ ਹੋਇਆ ਤੇ ਉਹਨੂੰ ਵੀ ਅਸੀਂ ਸ਼ਹੀਦ ਮੰਨਣ ਤੋਂ ਤਿਆਰ ਨਹੀਂ ਹਾਂ ਉਹਨਾਂ ਨੂੰ ਵੀ ਕਹਿੰਦੇ ਆ ਕਿ ਗੁਰੂ ਦਸਵੇਂ ਪਾਤਸ਼ਾਹ ਨੇ ਤਾਂ ਆਪ ਹੀ ਆਪਣੇ ਸੇਵਕਾਂ ਨੂੰ ਉਤਸ਼ਾਹਤ ਕਰਕੇ ਪੁਰਾਣੀਆਂ ਘਟਨਾਵਾਂ ਸੁਣਾ ਕੇ ਉਹਨਾਂ ਨੂੰ ਪ੍ਰੇਰਿਤ ਕੀਤਾ ਕਿ ਤੁਸੀਂ ਮੇਰੇ ਤੇ ਹਮਲਾ ਕਰੋ ਭਾਵ ਕਿ ਆਪਣੇ ਦੁਸ਼ਮਣ ਤੋਂ ਬਦਲਾ ਲੈਣਾ ਜ਼ਰੂਰੀ ਹੁੰਦਾ ਹੈ ਇਹ ਗੁਰੂ ਗੋਬਿੰਦ ਸਿੰਘ ਦੇ ਮੂੰਹੋਂ ਅਖਵਾਇਆ ਗਿਆ ਹੈ ਲਿਖਾਰੀਆਂ ਵੱਲੋਂ ਪ੍ਰਚਾਰਕਾਂ ਵੱਲੋਂ ਗੁਰੂ ਪਿਆਰ ਵਾਲਿਓ ਦਸਾਂ ਪਤਸ਼ਾਹੀਆਂ ਨੇ ਜੋ ਕਾਰਜ ਕੀਤਾ ਉਹ ਇੰਨੇ ਵੱਡੇ ਨੇ ਹਕੂਮਤ ਨੂੰ ਵੀ ਰੜਕਦੇ ਸੀ ਤੇ ਉਦੋਂ ਦੇ ਪੁਜਾਰੀਆਂ ਨੂੰ ਵੀ ਬਹੁਤ ਚੁੱਭਦੇ ਸੀ ਤੇ ਆਮ ਜਨਤਾ ਵੀ ਹਾਲੇ ਇੰਨੀ ਸਿਆਣੀ ਨਹੀਂ ਸੀ ਕਿ ਗੁਰੂ ਸਾਹਿਬ ਦੇ ਹੱਕ 'ਚ ਖਲੋ ਸਕਦੀ ਤੇ ਇਹਨਾਂ ਗਲਤੀਆਂ ਤਾਂ ਗੁਰੂ ਸਾਹਿਬ ਦੇ ਪਰਿਵਾਰਾਂ ਦੇ ਬਹੁਤ ਸਾਰੇ ਮੈਂਬਰਾਂ ਨੇ ਵੀ ਕੀਤੀਆਂ ਨੇ ਉਹ ਵੀ ਪੂਰੀ ਤਰ੍ਹਾਂ ਨਾਲ ਨਹੀਂ ਖਲੋ ਸਕੇ ਇਹ ਕਹਿ ਲਈਏ ਕਿ ਅੱਜ ਲੰਮਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਉਹਨਾਂ ਦੇ ਕੀਤੇ ਕਾਰਜਾਂ ਦੀ ਕਦਰ ਸਿੱਖ ਅੱਜ ਤੱਕ ਨਹੀਂ ਪਾ ਸਕੇ ਉਹਨਾਂ ਦੇ ਬਾਰੇ ਚੰਗਾ ਸਾਹਿਤ ਨਹੀਂ ਲਿਖ ਸਕੇ ਉਹਨਾਂ ਦੇ ਉਪਦੇਸ਼ ਗੁਰਬਾਣੀ ਨੂੰ ਅੱਜ ਤੱਕ ਪੜ੍ਹ ਸਮਝ ਵਿਚਾਰ ਨਹੀਂ ਸਕੇ ਆਪਣੀ ਜ਼ਿੰਦਗੀ 'ਚ ਲਾਗੂ ਨਹੀਂ ਕਰ ਸਕੇ ਉਹਨਾਂ ਦੀਆਂ ਮਹਾਨ ਕੁਰਬਾਨੀਆਂ ਨੂੰ ਚੰਗੀ ਤਰ੍ਹਾਂ ਯਾਦ ਨਹੀਂ ਕਰ ਸਕੇ ਲਿਖ ਨਹੀਂ ਸਕੇ ਲੋਕਾਂ ਤੱਕ ਪਹੁੰਚਾ ਨਹੀਂ ਸਕੇ ਉਹਨਾਂ ਨੂੰ ਅਸੀਂ ਇੱਕ ਅਚਨਚੇਤੀ ਵਾਪਰੀਆਂ ਘਟਨਾਵਾਂ ਨਾਲ ਜੋੜ ਦਿੱਤਾ ਜਾਂ ਉਹਨਾਂ ਨੂੰ ਬਾਰ ਬਾਰ ਜੋਤੀ ਜੋਤ ਸਮਾ ਗਏ ਲੋਕਾਂ ਦੇ ਦੁੱਖ ਆਪਣੇ ਉੱਤੇ ਲੈ ਲਏ ਇਸ ਕਰਕੇ ਉਹਨਾਂ ਨੂੰ ਇਹ ਚੇਚਕ ਵਗੈਰਾ ਹੋ ਗਈ ਇਹ ਬਹੁਤ ਕੁਝ ਝੂਠੀਆਂ ਮਨਘੜਤ ਬਣਾਵਟੀ ਕਹਾਣੀਆਂ ਗੁਰੂ ਸਾਹਿਬ ਨਾਲ ਜੋੜ ਦਿੱਤੀਆਂ ਗਈਆਂ ਜਦੋਂ ਕਿ ਅਜੇ ਹੋਰ ਬਹੁਤ ਕੁਝ ਖੋਜਣ ਦੀ ਲੋੜ ਹੈ ਗੁਰੂ ਸਾਹਿਬ ਨੇ ਜੋ ਇਹਨੇ ਥੋੜੇ ਸਮੇਂ ਦੇ ਵਿੱਚ ਕਰਕੇ ਵਿਖਾ ਦਿੱਤਾ ਉਹ ਇਨਕਲਾਬ ਸੀ ਲਾਜਵਾਬ ਸੀ ਉਹਦੇ ਅੱਗੇ ਸਿਰ ਚੁੱਕਦਾ ਪਰ ਅਸੀਂ ਆਮ ਸਿੱਖ ਅੱਜ ਤੱਕ ਵੀ ਉਹਦੀ ਕਪੂਰੀ ਤਰ੍ਹਾਂ ਕਦਰ ਨਹੀਂ ਪਾ ਸਕੇ ਮੈਨੂੰ ਲੱਗਦਾ ਮੇਰੀ ਸੋਚ ਹੈ ਕਿ ਗੁਰੂ ਸਾਹਿਬ ਨੂੰ ਬੇਅੰਤ ਤਰੀਕਿਆਂ ਨਾਲ ਮੁਸੀਬਤਾਂ 'ਚ ਪਾਇਆ ਗਿਆ ਉਹਨਾਂ ਨੂੰ ਜਿਹੜਾ ਕਿ ਪ੍ਰਤੱਖ ਹੈ ਬਹੁਤੇ ਗੁਰੂ ਸਹਿਬਾਨਾਂ ਨੂੰ ਸ਼ਹੀਦ ਕੀਤਾ ਗਿਆ ਪਰ ਬਾਕੀ ਆ ਵਾਸਤੇ ਅਜੇ ਹੋਰ ਖੋਜ ਦੀ ਲੋੜ ਹੈ ਤੇ ਉਹ ਵੀ ਜੇ ਜੀਵਤ ਵੀ ਰਹੇ ਨੇ ਉਹ ਵੀ ਉਹਨਾਂ ਦਾ ਸ਼ਹੀਦੀ ਨਾਲੋਂ ਘੱਟ ਦਰਜਾ ਨਹੀਂ ਸੀ ਤੇ ਜੇ ਉਹਨਾਂ ਦਾ ਆਪਣੇ ਉਮਰ ਬਿਹਾ ਕੇ ਜੋਤੀ ਜੋ ਸਮਾਏ ਨੇ ਤਾਂ ਵੀ ਉਹਨਾਂ ਦਾ ਦਰਜਾ ਬਹੁਤ ਉੱਚਾ ਹੈ ਪਰ ਮੈਨੂੰ ਲੱਗਦਾ ਹੈ ਕਿ ਵਿਰੋਧੀਆਂ ਨੇ ਦੁਸ਼ਮਣਾਂ ਨੇ ਤੇ ਭਾਵੇਂ ਘਰ ਦੇ ਨੇ ਤੇ ਭਾਵੇਂ ਬਾਹਰ ਦੇ ਨੇ ਉਹਨਾਂ ਨੇ ਕੋਈ ਨਾ ਕੋਈ ਸਾਜ਼ਿਸ਼ਾਂ ਰਚੀਆਂ ਨੇ ਤੇ 10 ਗੁਰੂ ਸਾਹਿਬਾਨ ਨੂੰ ਸ਼ਹੀਦ ਕੀਤਾ ਤੇ ਅਸੀਂ ਅਜੇ ਹੋਰ ਇਹਦੇ ਵਾਸਤੇ ਲਗਾਤਾਰ ਖੋਜ ਕਰਨੀ ਹੈ ਆਪਣਾ ਮਾਨਸਿਕ ਵਿਕਾਸ ਕਰਨਾ ਹੈ ਕਿ ਗੁਰੂ ਸਾਹਿਬ ਦਾ ਜੋਤੀ ਜੋਤ ਸਮਾਉਣ ਦੇ ਕਾਰਨ ਕੀ ਸਨ ਇਹਨਾਂ ਗੱਲਾਂ ਨੂੰ ਆਪਣੇ ਸਾਹਮਣੇ ਲਿਆਉਣ ਵਾਸਤੇ ਪੂਰਾ ਉਪਰਾਲਾ ਕਰਨਾ ਹੈ ਵਾਹ ਲਾਉਣੀ ਹੈ ਪਿਆਰੇ ਨੌਜਵਾਨੋ ਗੁਰਸਿੱਖੋ ਵੀਰੋ ਭੈਣੋ ਤਤ ਗੁਰਮਤ ਗਿਆਨ ਟੀਵੀ ਵੱਲੋਂ ਜੋ ਇਹ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਤੁਸੀਂ ਆਪਣੇ ਸਵਾਲ ਲਿਖ ਕੇ ਜਾਂ ਬੋਲ ਕੇ WhatsApp ਨੰਬਰ ਤੇ ਭੇਜ ਸਕਦੇ ਹੋ ਤੇ ਉਹ ਨੰਬਰ ਟਾਈਪ ਕਰਕੇ ਇੱਥੇ ਦਿੱਤਾ ਜਾ ਰਿਹਾ ਹੈ ਤੁਸੀਂ ਪੜ੍ਹ ਕੇ ਉਸ ਨੰਬਰ ਤੇ ਸੰਖੇਪ ਸਵਾਲ ਭੇਜਣੇ ਨੇ ਚਾਹੇ ਬੋਲ ਕੇ ਚਾਹੇ ਲਿਖ ਕੇ ਤੇ ਉਹਨਾਂ ਦੇ ਜਵਾਬ ਸਮੇਂ-ਸਮੇਂ ਅਨੁਸਾਰ ਤੁਹਾਨੂੰ ਦਿੱਤੇ ਜਾਇਆ ਕਰਨਗੇ ਤੇ ਜੇ ਤੁਹਾਨੂੰ ਇਹ ਸੱਚਮੁੱਚ ਚੈਨਲ ਚੰਗਾ ਲੱਗੇ ਤਾਂ ਇਹਨੂੰ ਹੋਰਨਾਂ ਤੱਕ ਵੀ ਸ਼ੇਅਰ ਕਰਿਆ ਕਰੋ ਪਹੁੰਚਾਇਆ ਕਰੋ ਤਾਂਕੇ ਜਿਹੜੇ ਸ਼ੰਕੇ ਨੇ ਮਨਾਂ ਦੇ ਵਿੱਚ ਉਹਨਾਂ ਨੂੰ ਸੌਖੇ ਤਰੀਕੇ ਨਾਲ ਦੂਰ ਕੀਤਾ ਜਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ